ਬਹੁਤ ਧੰਨਵਾਦ ਡਾਕਟਰ ਸੁਖਵਿੰਦਰ ਸਿੰਘ ਜੀ। ਸਾਡੇ ਇਸ ਵੈਬੀਨਾਰ ਦੇ ਅਗਲੇ ਬੁਲਾਰੇ ਨੇ ਪ੍ਰੋਫੈਸਰ ਜਗਦੀਪ ਸਿੰਘ, ਡਾਇਰੈਕਟਰ ਨਾਦ ਪ੍ਰਗਾਸ ਸੰਸਥਾ ਸ਼੍ਰੀ ਅੰਮ੍ਰਿਤਸਰ ਸਾਹਿਬ। ਪ੍ਰੋਫੈਸਰ ਜਗਦੀਪ ਸਿੰਘ ਹੋਣਾ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਪਹਿਲਾਂ ਅਧਿਆਪਨ ਦੇ ਵਿੱਚ ਕਾਲਜ ਪ੍ਰੋਫੈਸਰ ਵਜੋਂ ਗੁਜ਼ਾਰਿਆ ਤੇ ਅੱਜ ਕੱਲ੍ਹ ਉਹ ਅੰਮ੍ਰਿਤਸਰ ਦੇ ਵਿੱਚ ਨਾਦ ਪ੍ਰਗਾਸ ਸੰਸਥਾ ਦੇ ਡਾਇਰੈਕਟਰ ਵਜੋਂ ਕਾਰਜਸ਼ੀਲ ਨੇ। ਉਹਨਾਂ ਦੁਆਰਾ ਚਲਾਈ ਜਾ ਰਹੀ ਇਹ ਨਾਦ ਪ੍ਰਗਾਸ ਸੰਸਥਾ ਪੰਜਾਬ ਦੇ ਵਿੱਚ ਅਕੈਡਮਿਕਤਾ ਦੇ ਖੇਤਰ ਦੇ ਵਿੱਚ ਜੇ ਮੈਂ ਇਹ ਕਹਾਂ ਕਿ ਇੱਕ ਸੱਜਰੀ ਸਵੇਰ ਵਰਗੀ ਆ ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਨਾਦ ਪ੍ਰਗਾਸ ਸੰਸਥਾ ਵੱਲੋਂ ਲਗਾਤਾਰ ਪੰਜਾਬ ਦੇ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਸੈਮੀਨਾਰ ਕਰਵਾਉਣਾ, ਕਵੀ ਦਰਬਾਰ ਕਰਵਾਉਣਾ, ਸਿੰਪੋਜ਼ੀਅਮ ਕਰਵਾਉਣਾ, ਗੋਸ਼ਟੀਆਂ ਕਰਵਾਉਣਾ ਤੇ ਲਗਾਤਾਰ ਰਿਸਰਚ ਨੂੰ ਪ੍ਰਮੋਟ ਕਰਨ ਲਈ ਯਤਨ ਕੀਤਾ ਜਾ ਰਿਹਾ ਹੈ, ਤਾਂ ਮੈਂ ਇਹ ਕਹਾਂ ਕਿ ਗੈਰ ਸਰਕਾਰੀ ਸੰਸਥਾ ਦੇ ਤੌਰ ਦੇ ਉੱਤੇ ਵੀ ਵਿਚਰਦੀ ਹੋਈ ਇਹ ਸੰਸਥਾ ਪੰਜਾਬ ਦੀਆਂ ਸਥਾਪਿਤ ਸੰਸਥਾਵਾਂ ਤੋਂ ਵੀ ਬਹੁਤ ਸੁਚੱਜਾ ਕਾਰਜ ਕਰ ਰਹੀ ਆ, ਤਾਂ ਇਹੋ ਜਿਹਾ ਕਾਰਜ ਇਹਨਾਂ ਦੀ ਰਹਿਨੁਮਾਈ ਵਿੱਚ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਵੱਲੋਂ ਲਗਾਤਾਰ ਆਪਣੀ ਅਗਵਾਈ ਲਈ ਇਹਨਾਂ ਦੀਆਂ ਸਲਾਹਾਂ ਜਿਹੜੀਆਂ ਨੇ ਉਹ ਲਈਆਂ ਜਾਂਦੀਆਂ। ਸਿੱਖ ਪੰਥ ਦੇ ਵਿੱਚ ਆਏ ਹੋਏ ਵੱਖ-ਵੱਖ ਮੁੱਦਿਆਂ ਦੇ ਪ੍ਰੋਬਲਮਸ ਦੇ ਵਿੱਚ ਇਹਨਾਂ ਦੀ ਸਲਾਹ ਜਿਹੜੀ ਆ ਬਹੁਤ ਹੀ ਮਹੱਤਵਪੂਰਨ ਰਹਿੰਦੀ ਆ। ਤਾਂ ਮੈਂ ਆਪਣੇ ਅਗਲੇ ਬੁਲਾਰੇ ਨੂੰ ਸੱਦਾ ਦਿੰਦਾ ਹਾਂ, ਪ੍ਰੋਫੈਸਰ ਜਗਦੀਪ ਸਿੰਘ ਜੀ, ਕਿ ਉਹ ਸਾਡੇ ਪਾਰਟਿਸਪੈਂਟ ਜਿਹੜੇ ਸਾਡੇ ਇਸ ਵੈਬੀਨਾਰ 'ਚ ਜੁੜੇ ਹੋਏ ਨੇ ਆਪਣੇ ਵਿਚਾਰ ਉਹਨਾਂ ਨਾਲ ਸਾਂਝੇ ਕਰਨ। ਪ੍ਰੋਫੈਸਰ ਜਗਦੀਪ ਸਿੰਘ। ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਪ੍ਰੋਫੈਸਰ ਸਾਹਿਬਾਨ ਅਤੇ ਸ਼ਰੋਤਾਗਣ, ਪਹਿਲਾਂ ਮੈਂ ਆਪ ਜੀ ਨੂੰ ਗੁਰੂ ਸਾਹਿਬ ਦੇ 400 ਸਾਲਾਂ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ। ਮੇਰੇ ਟਾਪਿਕ ਜਿਹੜਾ ਟੌਪਿਕ ਹੈ ਉਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਬ੍ਰਹਿਮੰਡ ਸਿਧਾਂਤ ਦੇ ਪਸਾਰ ਕੀ ਬਣਦੇ ਹਨ। ਸੋ ਬ੍ਰਹਿਮੰਡ ਸਿਧਾਂਤ ਜਿਹੜਾ ਆ ਇਹ ਮੈਟਾਫਿਜ਼ਿਕਸ ਦੇ ਵਿੱਚ ਤੱਤ ਮੀਮਾਂਸਾ ਦੇ ਵਿੱਚ ਹੀ ਇੱਕ ਉਹਦੀ ਐਕਸਟੈਂਸ਼ਨ ਹੁੰਦਾ ਹੈ ਅਤੇ ਉਹਦੀ ਬ੍ਰਾਂਚ ਵੀ ਹੁੰਦਾ ਆ। ਸੋ ਬ੍ਰਹਿਮੰਡ ਸਿਧਾਂਤ ਦੇ ਵਿੱਚ ਮਨੁੱਖੀ ਚੇਤਨਾ ਦੇ ਜਿਹੜੇ ਸਾਰੇ ਧਰਾਤਲ ਹਨ ਉਹ ਇਕੱਠੇ ਕਾਰਜਸ਼ੀਲ ਹੁੰਦੇ ਹਨ ਅਤੇ ਇਹ ਤੱਤ ਮੀਮਾਂਸਾ ਦੇ ਨਾਲ ਇੱਕਮਿੱਕ ਹੁੰਦਾ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਾਂ ਮੇਰੇ ਲੈਕਚਰ ਦਾ ਆਧਾਰ ਜਿਹੜੀ ਸਟੇਟਮੈਂਟ ਬਣੇਗੀ ਕਿ ਜਿਹੜਾ ਬ੍ਰਹਿਮੰਡ ਸਿਧਾਂਤ ਹੈ ਉਹ ਤੱਤ ਮੀਮਾਂਸਾ ਦੇ ਨਾਲ ਇਕਸੁਰ ਹੁੰਦਾ ਹੋਇਆ ਉਹ ਇਤਿਹਾਸ, ਸਮਾਜਿਕਤਾ, ਕਲਚਰ, ਟਾਈਮ ਸਪੇਸ ਦੀ ਕਨਸੈਪਸ਼ਨ, ਮਨੁੱਖੀ ਆਪੇ ਦੀ ਬਣਤਰ ਅਤੇ ਜਿਹੜੇ ਵੱਖ ਵੱਖ ਸੈਲਫ ਦੀ ਜਿਹੜੀ ਨੇਚਰ ਨੂੰ ਡਿਟਰਮਿਨ ਕੀਤਾ ਉਹਦੀ ਉਹਦੀ ਯਾਤਰਾ ਦੇ ਜਿਹੜੇ ਵਰਟੀਕਲ ਸਟੇਸ਼ਨਸ ਬਣਦੇ ਹਨ, ਉਹਦੇ ਮੁਕਾਮ ਬਣਦੇ ਹਨ ਉਸ ਚੇਤਨਾ ਦੇ। ਜਿਵੇਂ ਸੂਫੀਜ਼ਮ ਦੇ ਵਿੱਚ ਕਾਨਫਰੰਸ ਆਫ ਵਰਡ ਦੇ ਵਿੱਚ 7 ਵੈਲੀਜ਼ ਆਉਂਦੀਆਂ, ਜਾਂ ਗਜ਼ਾਲੀ ਦੇ ਵਿੱਚ 7 ਵੈਲੀਜ਼ ਆਉਂਦੀਆਂ, ਸੋ ਜਾਂ ਜਿਹੜੇ ਇਹਦੇ ਯੋਗ ਦੇ ਵਿੱਚ ਚੱਕਰ ਆਉਂਦੇ ਆ, ਭਾਵ ਵੀ ਸੁਰਤ ਦੇ ਵੱਖ ਵੱਖ ਜਿਹੜੇ ਮੁਕਾਮ ਬਣਦੇ ਹਨ ਉਹਨਾਂ ਨੂੰ ਸ਼ਬਦ ਦੇ ਥੱਲੇ ਬੰਨਣ ਦੇ ਵਿੱਚ ਜਿਹੜਾ ਆ ਉਹ
ਸੋਸ਼ੀਓਲੋਜੀ ਕੋਸਮੋਲੋਜੀ ਦਾ ਬੜਾ ਵੱਡਾ ਰੋਲ ਹੁੰਦਾ ਆ। ਸੋ ਇਹ ਉਹਦੇ ਇਨ ਟਿਊਨ ਹੁੰਦੀ ਆ। ਸੋ ਬ੍ਰਹਿਮੰਡ ਸਿਧਾਂਤ ਸਿਰਫ ਬ੍ਰਹਿਮੰਡ ਦਾ ਵੇਰਵਾ ਨਹੀਂ ਹੁੰਦਾ, ਉਹਦੇ ਵਿੱਚ ਜਿਹੜਾ ਸਾਰਾ ਪਸਾਰ ਆ ਉਹ ਇੱਕ ਸੁਰ ਹੁੰਦਾ ਆ। ਇਹ ਇਸ ਕਰਕੇ ਜਿਹੜੀ ਮਤਲਬ ਕਿ ਉਹਦੀ ਸਮੁੱਚੀ ਇੱਕ ਸੁਰਤਾ ਹੈ, ਦਾਰਸ਼ਨਿਕ ਨੁਕਤੇ ਤੋਂ ਵੀ ਤੇ ਅਧਿਆਤਮਿਕ ਨੁਕਤੇ ਤੋਂ ਵੀ, ਉਹ ਮੈਂ ਅੱਜ ਦੇ ਲੈਕਚਰ ਦੇ ਵਿੱਚ ਬ੍ਰਹਿਮੰਡ ਸਿਧਾਂਤ ਦੇ ਰਾਹੀਂ ਜਿਹੜਾ ਕਰਨ ਦੀ ਕੋਸ਼ਿਸ਼ ਕਰਾਂਗਾ, ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਉਹਦੇ ਵਿੱਚ ਜਿਹੜਾ ਮਤਲਬ ਕਿ ਆਪਾਂ ਕਹਿ ਸਕਦੇ ਵੀ ਜਿਹੜਾ ਕੋਸਮੋਲੋਜੀ ਹੈ, ਸਕਾਲਰ ਕੋਸਮੋਲੋਜੀ ਦੇ ਸਕਾਲਰ ਕਹਿੰਦੇ ਕਿ ਉਹ ਬੀਂਗ ਹੀ ਹੁੰਦੀ ਹੈ। ਸੋ ਇਸ ਕਰਕੇ ਬੀਂਗ ਤੇ ਕੋਸਮੋਸ ਜਿਵੇਂ ਬਾਣੀ ਚ ਵੀ ਆਉਂਦਾ, ਜੋ ਬ੍ਰਹਿਮੰਡੇ ਸੋਈ ਪਿੰਡੇ। ਸੋ ਜਿਹੜਾ ਬੀਂਗ ਹੈ ਉਹ ਮਤਲਬ ਕਿ ਕੋਸਮੋ ਕਿਸੇ ਬ੍ਰਹਿਮੰਡ ਦੇ ਵਿੱਚ ਇੱਕ ਜੁਜ ਵਾਂਗ ਵੀ ਹੈ, ਪਰ ਬ੍ਰਹਿਮੰਡ ਉਸਦੇ ਵਿੱਚ ਵੀ ਹੈ। ਸੋ ਇਹ ਚੀਜ਼ਾਂ ਦੀ ਕੀ ਖੇਡ ਬਣਦੀ ਹੈ ਇਹਦੇ ਚ, ਸੋਸ਼ੋਲੋਜੀ, ਪੋਲਿਟੀ, ਹਿਸਟਰੀ ਜਾਂ ਕ੍ਰੀਏਟਿਵਿਟੀ ਜਾਂ ਟਾਈਮ ਸਪੇਸ ਦੀਆਂ ਕਨਸੈਪਸ਼ਨਸ ਜਿਹੜੀਆਂ ਉਹ ਕਿਸ ਤਰ੍ਹਾਂ ਨਿਰਧਾਰਿਤ ਹੁੰਦੀਆਂ ਹਨ। ਸੋ ਇਹਦੇ 'ਤੇ ਮੈਂ ਥੋੜ੍ਹਾ ਬਰੀਫ 'ਚ ਹੀ ਗੱਲ ਕਰ ਰਿਹਾ ਕਿਉਂਕਿ ਮੇਰਾ ਟਾਈਮ ਦੇ ਹਿਸਾਬ ਨਾਲ ਮੈਂ ਇਹਨੂੰ ਥੋੜ੍ਹਾ ਕੰਟਰੋਲ ਕਰ ਰਿਹਾ ਹਾਂ। ਸੋ ਜਿਹੜਾ ਮਤਲਬ ਕਿ ਕੋਸਮੋਲੋਜੀ ਦੇ ਵਿੱਚ ਫਿਰ ਇਹ ਵਿਸ਼ਵਾਸ ਹੈਗਾ ਕਿ ਕੋਸਮੋਲੋਜੀ ਦੇ ਨਾਲ ਹੀ ਜਿਹੜੇ ਵੱਖ ਵੱਖ ਜਿਹੜੇ ਕਲਚਰਸ ਹਨ ਉਹ ਆਪਣਾ ਸਿੰਬਲਿਜ਼ਮ, ਆਪਣਾ ਲਿਟਰੇਚਰ ਅਸਥੈਟਿਕਸ ਜਿਹੜੀ ਆ, ਲਿਟਰੇਚਰ ਜਾਂ ਸਾਰੀਆਂ ਫਾਈਨ ਆਰਟਸ ਜਿਹੜੀਆਂ, ਖਾਸ ਕਰ ਮਿਊਜ਼ਿਕ ਜਿਹੜਾ ਹੈ ਅਤੇ ਖਾਸ ਕਰਕੇ ਜਿਹੜਾ ਕਲਾਸੀਕਲ ਨੇਚਰ ਦਾ ਮਿਊਜ਼ਿਕ ਆ ਜਾਂ ਜਿਹੜਾ ਇੰਸਟਰੂਮੈਂਟਲ ਮਿਊਜ਼ਿਕ ਆ ਖਾਸ ਤੌਰ 'ਤੇ, ਇਹ ਸਾਰਾ ਜਿਹੜਾ ਆ ਇਹ ਕੋਸਮੋਲੋਜੀ ਦੀ ਕਨਸੈਪਸ਼ਨ ਦੇ ਨਾਲ ਜੁੜਿਆ ਹੁੰਦਾ। ਸੋ ਮਤਲਬ ਮੈਂ ਇਹ ਗੱਲ ਕਹੀ ਆ ਕਿ ਕੋਸਮੋਲੋਜੀ ਜਿਹੜੀ ਆ ਉਹ ਤੱਤ ਮੀਮਾਂਸਾ ਤੇ ਉਹਦੇ ਸ਼ਰਣ ਦੇ ਵਿੱਚ ਜਿਹੜੇ ਬ੍ਰਹਿਮੰਡ ਦੇ ਟਾਈਮ ਸਪੇਸ ਦੇ ਸਾਰੇ ਵਰਤਾਰੇ ਹਨ, ਹਿਸਟਰੀ, ਪੋਲਿਟੀ ਤੇ ਟਾਈਮ ਸਪੇਸ ਦੀ ਕਨਸੈਪਸ਼ਨ, ਤੇ ਉਹਦੇ ਵਿੱਚ ਮਨੁੱਖ ਦੇ ਅੰਦਰਲੀਆਂ ਜਿਹੜੀਆਂ ਸੰਭਾਵਨਾਵਾਂ ਹਨ ਉਹਨਾਂ ਸਾਰੀਆਂ ਦੇ ਨਾਲ ਉਹਦੇ ਇਨਰ ਕੋਸਮੋਸ ਨਾਲ ਵੀ ਰਿਲੇਟਡ ਹੁੰਦੀ ਹੈ। ਸੋ ਇਹਦੇ ਤਿੰਨਾਂ ਦੀ ਇੱਕ ਸੁਰਤਾ ਦੇ ਵਿੱਚ ਹੀ ਅਸੀਂ ਇਸ ਨੂੰ ਠੀਕ ਰੂਪ ਦੇ ਵਿੱਚ ਜਾਣ ਸਕਦੇ ਹਾਂ। ਸੋ ਦੂਜਾ ਮੇਰਾ ਜਿਹੜਾ ਪੁਆਇੰਟ ਇਹ ਹੈ ਕਿ ਜਿਹੜੀ ਕੋਸਮੋਲੋਜੀ ਆ ਇਹਦੀਆਂ ਥਿਊਰੀਜ਼ ਨੂੰ ਅਸੀਂ ਤਿੰਨ ਕੈਟੇਗਰੀਜ਼ ਦੇ ਵਿੱਚ ਵੰਡ ਸਕਦੇ ਹਾਂ। ਉਹ ਹੈਗੀ ਹੈ ਇੱਕ ਸਾਇੰਟਿਫਿਕ ਕੈਟੇਗਰੀ ਜਿਹਦੇ 'ਚ ਸਾਇੰਟਿਫਿਕ ਕੋਸਮੋਲੋਜੀ ਹੁੰਦੀ ਆ, ਜਿਹਦੇ ਵਿੱਚ ਰੈਲੇਟਿਵ ਥਿਊਰੀ, ਰੈਲੇਟਿਵਿਟੀ ਥਿਊਰੀ ਆ ਜਾਂ ਕੁਆਂਟਮ ਮਕੈਨਿਕਸ ਆ ਜਾਂ ਐਕਸਪੈਂਡਿੰਗ ਯੂਨੀਵਰਸ ਦੀ ਜਿਹੜੀ ਥਿਊਰੀ ਆਈ ਆ, ਫਿਰ ਜਿਹੜੇ ਸਪੇਸ ਦੇ ਉਹਦੇ 'ਚ ਪ੍ਰੋਗਰਾਮ ਬਣ ਰਹੇ ਆ। ਤੁਸੀਂ ਦੇਖੋ ਵੀ ਇਹਦਾ ਸਾਡੇ ਟਾਈਮ ਦੇ ਨਾਲ, ਕਲਚਰ ਨਾਲ, ਮਨੁੱਖੀ ਐਕਸ਼ਨ ਦੇ ਉੱਤੇ ਕਿੰਨਾ ਵੱਡਾ ਅਸਰ ਆ, ਜਿਹਦੇ ਵਿੱਚ ਉਹ ਸਾਰੀ ਜਿਹੜੀ ਕੰਪਿਊਟਰ ਟੈਕਨੋਲੋਜੀ ਆ, ਆਰਟੀਫਿਸ਼ਲ ਇੰਟੈਲੀਜੈਂਸ ਆ, ਰੋਬੋਟਿਕਸ ਆ, ਇਹ ਸਾਰਾ ਕੁਝ ਜਿਹੜਾ ਨਵਾਂ ਪੇਸ਼ ਹੋ ਰਿਹਾ ਆ, ਤੇ ਜਿਹੜੀ ਸੈਟੇਲਾਈਟ ਦੇ ਨੈਟਵਰਕਸ ਆ ਜਾਂ ਇਹਦੇ ਉੱਤੇ ਜਿਹੜੀ ਪੋਲਿਟੀ ਵੀ ਬਿਲਡ ਹੋ ਰਹੀ ਹੈ ਕਿ ਸਪੇਸ ਨੂੰ ਕੰਟਰੋਲ ਕਿੰਜ ਕਰਨਾ ਆ, ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਹੀ ਪੈਦਾ ਹੋ ਰਹੀਆਂ ਕਿ ਜਿਹੜੀ ਕੋਸਮੋਲੋਜੀ ਆ ਉਹਦਾ ਮਨੁੱਖੀ ਜੀਵਨ ਦੇ ਉੱਤੇ ਬਹੁਤ ਵੱਡਾ ਕੰਟਰੋਲ ਆ ਤੇ ਦਖਲ ਆ। ਇਸ ਕਰਕੇ ਜਿਹੜੇ ਸਾਇੰਟਿਫਿਕ ਜਿਹੜੀਆਂ ਇਨਵੈਂਸ਼ਨਸ ਆ ਜਾਂ ਉਹਦੀ ਜਿਹੜੀ ਉਹਦੀ ਫਿਜ਼ਿਕਸ ਦੀ ਜਾਂ ਐਸਟ੍ਰੋਨੋਮੀ ਦੀ ਜਿਹੜੀ ਕਨਸੈਪਸ਼ਨ ਆ, ਇਹਦੇ ਉੱਤੇ ਬਹੁਤ ਨਿਗਾਹ ਚਾਹੀਦੀ ਆ ਕਿਸੇ ਵੀ ਕਮਿਊਨਿਟੀ ਦੀ। ਦੂਜੇ ਨੰਬਰ 'ਤੇ ਜਿਹੜੀਆਂ ਐਂਥਰੋਪੋਲੋਜੀਕਲ ਥਿਊਰੀਜ਼ ਆ ਕੋਸਮੋਲੋਜੀ ਦੀਆਂ, ਇਹਦੇ ਵਿੱਚ ਮੈਥੋਲੋਜੀਜ਼ ਹੁੰਦੀਆਂ ਆ ਜਾਂ ਇਹਦੇ ਵਿੱਚ ਜਿਹੜੀਆਂ ਵੱਖ ਵੱਖ ਕਲਚਰਲ ਜਿਹੜੀਆਂ ਜਾਂ ਸਿੰਬੋਲਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ ਵਿੱਚੋਂ ਵੀ ਟਾਈਮ ਸਪੇਸ ਦੀ ਕਨਸੈਪਸ਼ਨ ਕੀਤੀ ਜਾਂਦੀ ਆ। ਹਰ ਇੱਕ ਟੈਕਸਟ ਜਿਹੜੀ ਆ ਲਿਟਰੇਚਰ ਦੀ ਜਾਂ ਹਰ ਇੱਕ ਮਿਊਜ਼ਿਕ ਦਾ ਪੀਸ ਜਿਹੜਾ ਆ ਜਾਂ ਹਰ ਇੱਕ ਸਟੇਟਮੈਂਟ ਜਿਹੜੀ ਆ
ਇਹ ਵੀ ਆਪਣੀ ਬੈਕਗ੍ਰਾਉਂਡ ਦੇ ਵਿੱਚ ਕੌਨਸ਼ੀਅਸਲੀ ਅਨਕੌਨਸ਼ੀਅਸਲੀ ਕੋਈ ਨਾ ਕੋਈ ਕਾਸਮੋਲੋਜੀਕਲ ਬੇਸ ਰੱਖਦੀ ਜ਼ਰੂਰ ਆ, ਪਰ ਕਿਉਂਕਿ ਮਨੁੱਖੀ ਫਿਤਰਤ ਜਿਹੜੀ ਆ ਉਹ ਬੜੀ ਵੱਡੀ ਹੋਈ ਹੁੰਦੀ ਆ, ਇਸ ਕਰਕੇ ਉਹਨੂੰ ਰਿਸੀਵ ਨਹੀਂ ਕਰਦੀ ਤੇ ਉਹ ਧੁੰਦਲੇ ਜੇ ਪਸਾਰਾਂ 'ਚ ਹੀ ਧਰਤੀ ਦੀ ਗੱਲਬਾਤ ਚੱਲਦੀ ਰਹਿੰਦੀ ਆ। ਤੇ ਜੇ ਕਮਿਊਨਿਟੀਜ਼ ਦੀ ਜਿਹੜੀ ਦਾ ਜਿਹੜਾ ਇੰਟਲੈਕਚੁਅਲ ਮਾਇੰਡ ਆ ਉਹ ਵੀ ਇਸ ਤਰ੍ਹਾਂ ਦੀ ਓਪੀਨੀਅਨ ਮੇਕਿੰਗ ਦੇ ਵਿੱਚ ਗੁੰਮ ਹੋ ਜਾਏ ਤੇ ਆਪਣੀ ਕੋਸਮੋਲੋਜੀ ਬਾਰੇ ਕੌਨਸ਼ੀਅਸ ਨਾ ਹੋਵੇ, ਤੇ ਉਸ ਕੋਸਮੋਲੋਜੀ ਦਾ ਤੱਤ ਮੀਮਾਂਸਾ ਨਾਲ ਤੇ ਜਿਹੜੇ ਮਨੁੱਖ ਦੇ ਇਨਰ ਸੈਲਫ ਦੇ ਵਿੱਚ ਜਿਹੜੇ ਸਟਰਕਚਰ ਵਾਪਰਦੇ ਆ ਉਹਦੇ ਨਾਲ ਇਹਨੂੰ ਇਨਟਿਊਨ ਕਰਕੇ ਨਾ ਦੇਖ ਕੇ ਸਟੇਟਮੈਂਟ ਬਣਾਵੇ ਤਾਂ ਉਹ ਓਪੀਨੀਅਨ ਮੇਕਿੰਗ ਦੇ ਵਿੱਚ ਗੁੰਮ ਜਾਂਦੇ ਆ ਤੇ ਉਹ ਰਿਸਰਚ ਜਿਹੜੀ ਉਹ ਪੂਅਰ ਹੋ ਜਾਂਦੀ ਆ ਧਰਤੀ ਦੀ, ਤੇ ਉਹ ਇੱਕ ਪ੍ਰੀਚਿੰਗ ਦੇ ਲੈਵਲ ਦੇ ਉੱਤੇ ਚਲੀ ਜਾਂਦੀ ਆ, ਤੇ ਜਦ ਸਾਈਕੋਲੋਜੀਕਲ ਰਿਫਲੈਕਸ਼ਨਸ ਦਿੰਦੀ ਆ ਜਿਹੜੀਆਂ ਸੈਕਿਜ਼ਮ ਨੂੰ ਅੱਗੇ ਜਾ ਕੇ ਵਧਾਉਂਦੀਆਂ ਤੇ ਆਪਸੀ ਵੈਰ ਵਿਰੋਧਾਂ ਦੇ ਵਿੱਚ ਉਲਝ ਜਾਂਦੀਆਂ। ਸੋ ਜਿਹੜਾ ਮੇਰਾ ਪਹਿਲਾ ਪੁਆਇੰਟ ਇਹ ਸੀਗਾ ਕਿ ਕੋਸਮੋਲੋਜੀ ਜਿਹੜੀ ਆ ਉਹ ਇੱਕ ਮਹੱਤਵਪੂਰਨ ਵਿਸ਼ਾ ਆ, ਇਹਦੀ ਕੰਸੈਪਸ਼ਨ ਦੇ ਨਾਲ ਹੀ ਸਾਡੀ ਤੱਤ ਮੀਮਾਂਸਾ ਤੇ ਸਾਡਾ ਇਨਰ ਜਿਹੜਾ ਕੋਸਮੋਸ ਆ ਜਿਹਦੇ 'ਚ ਸਾਡੀ ਸਾਈਕੋਲੋਜੀ ਸਾਡੇ ਕ੍ਰੀਏਟਿਵਿਟੀ ਤੇ ਸਾਡੇ ਦੇਹ ਦੀਆਂ ਚੀਜ਼ਾਂ ਉਹਦੇ ਵਿੱਚ ਸ਼ਾਮਿਲ ਆ, ਤੇ ਇਹਦੇ 'ਚ ਸਾਰੇ ਸਬਜੈਕਟਸ ਜਿਹੜੇ ਆ ਉਹ ਇਕੱਠੇ ਚੱਲਦੇ ਆ। ਸੋ ਜਿਹੜਾ ਦੂਜਾ ਮੇਰਾ ਪੁਆਇੰਟ ਇਹ ਹੈ ਕਿ ਜਿਹੜੇ ਸਿੱਖਾਂ ਨੇ ਆਪਣੇ ਸਿੱਖ ਸਕਾਲਰਸ ਨੇ ਜਿਹੜੀ ਗੁਰਬਾਣੀ ਦੇ ਵਿੱਚ ਕੋਸਮੋਲੋਜੀ ਦੀ ਰਿਸਰਚ ਕੀਤੀ, ਉਹ ਜਿਹੜੀ ਰਿਸਰਚ ਸੀਗੀ ਉਹਦੇ ਵਿੱਚ ਕਪੂਰ ਸਿੰਘ ਦਾ ਵੱਡਾ ਰੋਲ ਆ, ਉਹਨਾਂ ਦੀ ਜਿਹੜੀ ਸਿੱਖਿਜ਼ਮ ਫੋਰ ਮਾਡਰਨ ਮੈਨ ਅਤੇ ਬੀ ਜੂਡਿਸ ਕਿਤਾਬ ਆ ਜਾਂ ਪ੍ਰੈਸ਼ਰ ਪ੍ਰਸ਼ਨਾ ਵੀ, ਇਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਕੋਸਮੋਲੋਜੀ ਦਾ ਸੰਸਾਰ ਬਾਰੇ ਮਾਇਆ ਬਾਰੇ ਜਿਹੜੀ ਕੰਸੈਪਸ਼ਨ ਦਿੱਤੀ ਆ ਉਹਦੇ ਵਿੱਚ ਉਹਨਾਂ ਦੀ ਜਿਹੜੀਆਂ ਉਹਨਾਂ ਦੀ ਰਾਈਟਿੰਗ ਦੇ ਦੋ ਹਿੱਸੇ ਬਣ ਜਾਂਦੇ ਆ। ਇੱਕ ਹਿੱਸਾ ਜਿਹਦੇ ਵਿੱਚ ਉਹ ਪਿਓਰ ਮੈਟਾਫਿਜ਼ੀਕਲ ਕੰਸਰਨ ਦੇ ਵਿੱਚੋਂ ਚੀਜ਼ਾਂ ਨੂੰ ਵਰਤਦੇ ਆ, ਉਹਦੇ ਵਿੱਚ ਉਹਨਾਂ ਦੀ ਯੂਨੀਵਰਸੈਲਿਟੀ ਬਰਕਰਾਰ ਰਹਿੰਦੀ ਆ। ਇੱਕ ਉਹਨਾਂ ਦੇ ਜਿਹੜੀ ਰਾਈਟਿੰਗ ਦਾ ਹਿੱਸਾ ਆ ਉਹਦੇ ਵਿੱਚ ਸਥਾਨਕ ਉਲਾਰ ਆ ਤੇ ਉਹਦੇ 'ਚ ਹਿਸਟਰੀ ਦੀਆਂ ਟੈਨਸ਼ਨਸ ਦਾ ਤੇ ਉਹਨਾਂ ਦੀ ਵਿਅਕਤੀਗਤ ਸਾਈਕੋਲੋਜੀ ਦਾ ਦਖਲ ਹੋਣ ਕਰਕੇ ਉਹ ਉਸ ਚੀਜ਼ ਨੂੰ ਥਿਓਰਾਈਜ਼ ਕਰਦੇ ਆ, ਕਿਉਂਕਿ ਵੱਡੇ ਸਕਾਲਰ ਆ, ਸਟੱਡੀ ਬਹੁਤ ਜ਼ਿਆਦਾ ਲੈਂਗੁਏਜਸ ਦਾ, ਫਿਲੋਸਫੀਜ਼ ਦਾ, ਤੇ ਖਾਸ ਕਰਕੇ ਜਿਹੜੀਆਂ ਰਿਲੀਜੀਅਸ ਟੈਕਸਟ ਆ ਉਹਦਾ ਇਹਨਾਂ ਨੂੰ ਸਿੱਖ ਜਗਤ ਦੇ ਵਿੱਚ ਸਭ ਨੂੰ ਜ਼ਿਆਦਾ ਮੇਰੇ ਖਿਆਲ ਪਤਾ ਆ। ਸੋ ਉਹਦੇ ਮਾਹੌਲ ਦੇ ਵਿੱਚ ਉਹ ਆਪਣੀ ਸਾਈਕੋਲੋਜੀ ਜਾਂ ਆਪਣੀਆਂ ਹਿਸਟਰੀ ਦੀਆਂ ਸਿਚੁਏਸ਼ਨਸ ਨੂੰ ਜਦੋਂ ਗਰਾਊਂਡ ਕਰ ਲੈਂਦੇ ਆ ਤਾਂ ਫਿਰ ਜਿਹੜੀ ਕੋਸਮੋਲੋਜੀ ਬਣਦੀ ਆ ਉਹ ਥੋੜ੍ਹੀ ਜਿਹੀ ਵਨ ਸਾਈਡਡ ਵੀ ਰਹਿ ਜਾਂਦੀ ਆ। ਸੋ ਇਹਨਾਂ ਦੀਆਂ ਰਾਈਟਿੰਗਸ ਦੇ ਵਿੱਚ ਸਿੱਖ ਕੋਸਮੋਲੋਜੀ ਦੇ ਦੋ ਤਰ੍ਹਾਂ ਦੇ ਪਸਾਰ ਜਿਹੜੇ ਆ ਉਹ ਲੱਭੇ ਜਾ ਸਕਦੇ ਆ। ਸੋ ਜਿਹੜੇ ਪੋਪੂਲਰ ਹੋ ਗਏ, ਕਿਉਂਕਿ ਇੱਥੇ ਮੈਂ ਥੋੜ੍ਹਾ ਇੱਕ ਲਾਈਟ ਜਿਹਾ ਕਮੈਂਟ ਕਰਨ ਲੱਗਾ ਜਿਹੜਾ ਕਿ ਇੱਕ ਸੱਚ ਆ ਮੇਰੇ ਹਿਸਾਬ ਨਾਲ, ਕਿਉਂਕਿ ਸਿੱਖ ਜਗਤ ਨੇ ਉਹਨਾਂ ਦੀ ਸੱਚੀ ਸਾਖੀ ਦੇ ਫੁੱਟਨੋਟਸ ਦੇ ਵਿੱਚੋਂ ਹੀ ਪੋਲਿਟੀ ਨੂੰ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਸਥਾਨਕ ਉਲਝਣਾਂ ਦੇ ਵਿੱਚ ਉਲਝਾ ਕੇ ਇਹਨਾਂ ਦੀ ਇਹ ਵਾਲੀ ਥਿਓਰਾਈਜੇਸ਼ਨ ਦੇ ਦੀਆਂ ਸਿਰਫ ਕੋਟੇਸ਼ਨਸ ਨੂੰ ਲੈ ਕੇ ਹਾਈਲਾਈਟ ਕਰ ਲਿਆ ਤੇ ਗੁਰਬਾਣੀ ਦੀਆਂ ਉਹ ਕੋਟੇਸ਼ਨਸ ਨੂੰ ਯੂਜ਼ ਕਰ ਲਿਆ ਜਿਹੜੀਆਂ ਇਹਨਾਂ ਨੇ ਇਸ ਸੀਮਤ ਵਿਆਖਿਆ ਦੇ ਵਿੱਚ ਯੂਜ਼ ਕੀਤੀਆਂ ਆ। ਸੋ ਇਹ ਚੀਜ਼ ਪੋਪੂਲਰ ਹੋ ਗਈ ਇਹਨਾਂ ਦੀ। ਜਿਹੜੀ ਦੂਜੀ ਸਿਧਾਂਤਕ ਚੀਜ਼ ਆ ਉਹ ਉਹਨਾਂ ਦੀ ਸਾਈਲੈਂਟ ਆ ਤੇ ਕੁਝ ਕੁਝ ਹੁਣ ਅਸੀਂ ਉਹਨਾਂ ਦੀ ਜਿਹੜੀ ਪਿਓਰ ਚੀਜ਼ ਆ ਉਹਨੂੰ ਰਿਜੈਕਟ ਕਰ ਰਹੇ ਹਾਂ ਤੇ ਉਹਨਾਂ ਦੀ ਜਿਹੜੀ ਆਪਣੀ ਸੈਲਫ ਦੇ ਜਿਹੜੇ ਮਤਲਬ ਕਿ ਜਿਹੜੇ ਉਹਨਾਂ ਦੇ ਆਪਣੀ ਸੈਲਫ ਦੀ ਨੇਚਰ ਜਾਂ ਸਾਈਕੋਲੋਜੀ ਦੀਆਂ ਜਿਹੜੀਆਂ ਮਿਕਸਚਰ ਵਾਲੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹਨਾਂ ਨੂੰ ਅਸੀਂ ਪ੍ਰਾਇਮਰੀ ਮੰਨ ਰਹੇ ਹਾਂ। ਸੋ ਦੂਜਾ ਜਿਹੜਾ ਮੁੱਥੂਗੁਣ ਸਾਹਿਬ ਦੀ ਜਿਹੜੀ ਕਿਤਾਬ ਆ ਐਸੈਂਸ਼ੀਅਲ ਪੋਸਟੂਲੇਟਸ ਆਫ ਸਿੱਖਿਜ਼ਮ, ਇਹਦੇ ਵਿੱਚ ਜਿਹੜੇ ਦੋ ਚੈਪਟਰ ਆ ਸਿੱਖਿਜ਼ਮ ਐਂਡ ਸੁਸਾਇਟੀ, ਦ ਸਿੱਖ ਵਰਡ ਦ ਵਰਡ ਐਂਡ ਦ ਮੈਨ,
ਇਹਦੇ ਵਿੱਚ ਇਹਨਾਂ ਨੇ ਸਿੱਖ ਕੌਸਮੋਲੋਜੀ ਨੂੰ ਜਿਹੜਾ ਪੇਸ਼ ਕੀਤਾ ਆ ਤੇ ਉਹਦਾ ਫੈਲਾਅ ਬਹੁਤ ਖੂਬਸੂਰਤ ਇਹਨਾਂ ਨੇ ਜਿਹੜਾ ਦਿਖਾਇਆ ਆ, ਇਹ ਉਹ ਮੈਂ ਅੱਗੇ ਜਾ ਕੇ ਦੱਸਦਾ ਕਿ ਇਹਨਾਂ ਨੇ ਉਹ ਫੈਲਾਅ ਕਿਸ ਤਰ੍ਹਾਂ ਦਿਖਾਇਆ ਆ। ਸੋ ਇਹ ਰਾਈਟਿੰਗ ਜਿਹੜੀ ਹੈ ਕਾਫੀ ਇੰਪੋਰਟੈਂਟ ਰਾਈਟਿੰਗ ਹੈ। ਤੀਜੇ ਨੰਬਰ ਤੇ ਸਾਡੇ ਕੋਲ ਆਲੂਵਾਲੀਆ ਸਾਹਿਬ ਦੀਆਂ ਦੋ ਕਿਤਾਬਾਂ ਆ, ਜਸਬੀਰ ਸਿੰਘ ਆਲੂਵਾਲੀਆ। ਜਸਬੀਰ ਸਿੰਘ ਆਲੂਵਾਲੀਆ ਦਾ ਜਿਹੜਾ ਈਡੀਅਮ ਆ ਉਹ ਫਿਲੋਸਫੀ ਦੇ ਵਿੱਚ ਇੱਕ ਲਗਾਤਾਰਤਾ ਦੇ ਵਿੱਚ ਉਹ ਆਪਣੇ ਆਪ ਨੂੰ ਬਰਕਰਾਰ ਰੱਖਦੇ ਆ। ਤੇ ਉਹਨਾਂ ਦੀ ਰਾਈਟਿੰਗ ਤੇ ਜਦੋਂ ਮੈਂ ਕਮੈਂਟ ਕਰਾਂਗਾ ਤਾਂ ਇਹਨਾਂ ਦੀਆਂ ਲਿਮਿਟੇਸ਼ਨਸ ਵੀ ਦੱਸਾਂਗਾ, ਪਰ ਇਹਨਾਂ ਦਾ ਜਿਹੜਾ ਇਹ ਪਾਸਾ ਹੈ ਕਾਫੀ ਸਿੱਖ ਸਟੂਡੈਂਟਸ ਲਈ ਫਾਇਦੇਮੰਦ ਆ ਕਿ ਇਹ ਫਿਲੋਸਫੀ ਦੇ ਈਡੀਅਮ ਨੂੰ ਨਹੀਂ ਛੱਡਦੇ ਤੇ ਉਹਦੀ ਲਗਾਤਾਰਤਾ ਰੱਖਦੇ ਆ। ਜਿਵੇਂ ਕਪੂਰ ਸਿੰਘ ਦੇ ਵਿੱਚ ਤਾਂ ਦੋ ਚੀਜ਼ਾਂ ਆ ਗਈਆਂ, ਇੱਕ ਉਹਨਾਂ ਦਾ ਪਿਓਰ ਜਿਹੜੇ ਮੈਟਾਫਿਜ਼ੀਕਲ ਜਿਹੜੇ ਰਾਈਟਿੰਗਸ ਆ, ਇੱਕ ਉਹਨਾਂ ਦੀ ਜਿਹੜੀ ਆਪਣੀ ਸਾਈਕੋਲੋਜੀ ਤੇ ਹਿਸਟਰੀ ਦੀ ਨੀਡ ਵਾਲੀਆਂ ਰਾਈਟਿੰਗਸ ਆ। ਪਰ ਆਲੂਵਾਲੀਆ ਦੀ ਜਿਹੜੀ ਰਾਈਟਿੰਗ ਆ ਉਹਦੇ ਵਿੱਚ ਫਿਲਸੋਫੀਕਲ ਈਡੀਅਮ ਦੀ ਲਗਾਤਾਰਤਾ ਆ। ਇਹ ਪੁਆਇੰਟ ਕਾਫੀ ਸਾਡੇ ਸਿੱਖਣ ਵਾਲਾ ਆ। ਉਹਦੇ ਵਿੱਚ ਜਿਹੜਾ ਸੋਵਰੈਨਿਟੀ ਆਫ ਸਿੱਖ ਡਾਕਟਰਾਈਨ ਤੇ ਸਿੱਖ ਫਲਸਫੇ ਦੇ ਵਿੱਚ ਉਹ ਸਿੱਖ ਕੋਸਮੋਲੋਜੀ ਨੂੰ ਜਿਹੜਾ ਦੱਸਦੇ ਆ। ਸੋ ਇਹਦੇ ਵਿੱਚ ਜਿਹੜਾ ਮਤਲਬ ਕਿ ਖਾਸ ਗੱਲ ਇਹ ਆ ਕਿ ਇਹ ਵਿਦਵਾਨ ਦੇ ਕੰਪੈਰੀਜ਼ਨ ਦੇ ਵਿੱਚ ਚੀਜ਼ਾਂ ਨੂੰ ਦੱਸਦੇ ਆ। ਸੋ ਇਹਦੇ ਚ ਜਿਹੜੀ ਸਿੱਖ ਕੋਸਮੋਲੋਜੀ ਆ ਉਹ ਗੁਰੂ ਗ੍ਰੰਥ ਸਾਹਿਬ ਸਿੱਖ ਜੀਵਨ ਦੇ ਵਿੱਚੋਂ ਦੀ ਕਿਸ ਜਾਂ ਗੁਰਮੁਖ ਐਕਸਪੀਰੀਅੰਸ ਚੋਂ ਜਾਂ ਸਾਡੇ ਜਿਹੜੇ ਸੰਤ ਹੋਏ ਹਨ ਉਹਨਾਂ ਦੀ ਜਿਹੜੀ ਹਾਇਰ ਜਰਨੀ ਆ ਸੈਲਫ ਦੀ, ਉਹਦੇ ਇਸ਼ਾਰੇ ਲੈ ਕੇ ਤੇ ਗੁਰਮਤ ਦੇ ਅਨੁਭਵ ਤੇ ਗੁਰੂ ਸਾਖੀਆਂ ਦੇ ਅਨੁਭਵ ਦੀ ਬਜਾਏ ਇਹਦੇ ਵਿੱਚ ਜਿਹੜਾ ਪ੍ਰਾਇਮਰੀ ਕੰਸਰਨ ਰਹਿੰਦਾ ਆ ਕਿ ਕੰਪੈਰੇਟਿਵ ਰਿਲੀਜਨ ਜਿਹੜਾ ਆ ਉਹ ਡੋਮੀਨੇਟ ਕਰਦਾ ਆ। ਸੋ ਕੰਪੈਰੇਟਿਵ ਰਿਲੀਜਨ ਜਦੋਂ ਡੋਮੀਨੇਟ ਕਰਦਾ ਆ ਤਾਂ ਉਹਦੇ ਉੱਤੇ ਜਿਹੜੇ ਹਿਸਟਰੀ ਦੇ ਭੈ ਆ, ਸੋਸ਼ੋਲੋਜੀ ਦੇ ਭੈ ਆ, ਉਹ ਭੈ ਦੀ ਸਾਈਕੋਲੋਜੀ ਜਿਹੜੀ ਆ ਉਹ ਬਣੀ ਰਹਿੰਦੀ ਆ। ਉਹ ਭੈ ਜੈਨੂਅਨ ਵੀ ਹੋ ਸਕਦੇ ਆ ਤੇ ਉਹ ਭੈ ਜਿਹੜੇ ਆ ਸਾਡੀ ਆਪਣੇ ਅਨੁਭਵ ਦੀ ਸੀਮਾ ਕਰਕੇ ਵੀ ਹੋ ਸਕਦੇ। ਸੋ ਉਹਦੇ ਚ ਇੱਕ ਸੋਸ਼ੋਲੋਜੀਕਲ ਬੀਂਗ ਜਿਹੜਾ ਆ ਉਹ ਕੋਸਮੋਲੋਜੀਕਲ ਬੀਂਗ ਨੂੰ ਆਪਣੀਆਂ ਕੈਟੇਗਰੀ ਚ ਢਾਲਣ ਲਈ ਤਤਪਰ ਆ ਇਸ ਵਿਧੀ ਦੇ ਨਾਲ। ਸੋ ਇਹ ਇੱਕ ਬੜੀ ਵੱਡੀ ਸਿੱਖ ਅਨਾਲਿਸਿਸ ਦੇ ਵਿੱਚ ਪ੍ਰੋਬਲਮ। ਸੋ ਤੇ ਉਹ ਜਿਹੜੀ ਕੰਪੈਰੇਟਿਵ ਰਿਲੀਜਨ ਆ ਉਹਦੇ ਵਿੱਚ ਇੱਕ ਨੂੰ ਨਿਗੇਟ ਕਰਕੇ ਤੇ ਆਪਣੀ ਅਸਰਸ਼ਨ ਪੈਦਾ ਕੀਤੀ ਜਾਂਦੀ ਆ ਜਿਹੜੀ ਕਿ ਪੋਜ਼ਿਟਿਵ ਤਾਂ ਹੈ ਪਰ ਉਹਦੀ ਸੀਮਾ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸੋ ਉਹ ਸੀਮਾ ਜਿਹੜੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਕੋਟੇਸ਼ਨ ਨੂੰ ਲੈ ਕੇ ਲਾਉਂਦੇ ਹਾਂ। ਸੋ ਫਿਰ ਉਸ ਅਸੀਂ ਕੋਟੇਸ਼ਨ ਦੇ ਵਿੱਚ ਚੂਜ਼ੀ ਹੋ ਜਾਂਦੇ ਹਾਂ। ਇਹ ਵੀ ਮੈਂ ਅੱਗੇ ਜਾ ਕੇ ਦੱਸਾਂਗਾ ਕਿ ਅਸੀਂ ਉਹ ਕੋਟੇਸ਼ਨ ਦੇ ਵਿੱਚ ਚੂਜ਼ੀ ਕਿਸ ਤਰ੍ਹਾਂ ਹੁੰਦੇ ਹਾਂ, ਤੱਥਾਂ ਨੂੰ ਆਪਣੀ ਸਾਈਕੋਲੋਜੀ ਦੇ ਮੁਤਾਬਕ ਤੇ ਆਪਣੀ ਸੋਸ਼ੋ ਪੋਲੀਟੀਕਲ ਟਰੁੱਥ ਦੀ ਕੰਸਟਰਕਸ਼ਨ ਦੀ ਨੀਡ ਦੇ ਮੁਤਾਬਕ ਚੂਜ਼ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਪੋਲਿਟੀ ਆ ਜਿਹੜੀ ਕਿ ਬੈਲੈਂਸਡ ਅਨਾਲਿਸਿਸ ਨੂੰ ਰਿਪ੍ਰਜੈਂਟ ਨਹੀਂ ਕਰਦੀ। ਸੋ ਇਹਨਾਂ ਦੇ ਜਿਹੜੇ ਰੈਫਰੈਂਸਿਸ ਹਨ ਉਹਦੇ ਵਿੱਚ ਜਦੋਂ ਕੋਸਮੋਲੋਜੀ ਦੇ ਸੰਬੰਧ ਦੇ ਵਿੱਚ, ਬ੍ਰਹਿਮੰਡ ਸਿਧਾਂਤ ਦੇ ਸੰਬੰਧ ਵਿੱਚ, ਉਹ ਵਿਦਾਂਤ ਦੀ ਮਾਇਆ ਵਾਲੀ ਟਰੈਡੀਸ਼ਨ ਨੂੰ ਸਾਹਮਣੇ ਰੱਖ ਕੇ ਗੁਰਬਾਣੀ ਦੇ ਵਿੱਚੋਂ ਸੱਚੇ ਖੰਡ ਸੱਚੇ ਬ੍ਰਹਿਮੰਡ ਵੀ ਬਾਣੀ ਜਿਹੜੀ ਆ ਉਹ ਜਗਤ ਨੂੰ ਸੱਚਾ ਮੰਨਦੀ ਆ, ਇਸ ਤਰ੍ਹਾਂ ਦੇ ਹਵਾਲੇ ਜਿਹੜੇ ਉਹ ਦਿੱਤੇ ਜਾਂਦੇ ਹਨ, ਜਾਂ ਬਾਣੀ ਹਰਕਾ ਰੂਪ ਹੈ, ਜਾਂ ਇਹਦੇ ਵਿੱਚ ਫਿਰ ਗੁਰਬਾਣੀ ਦੀਆਂ ਉਹ ਤੁਕਾਂ ਕਿ ਇਹ ਹਿਸਟਰੀ ਦੇ ਵਿੱਚ ਜ਼ੁਲਮ ਦੇ ਖਿਲਾਫ ਅਸਲਟ ਕਰਦੀ ਆ, ਜਾਂ ਇਹਦੇ ਵਿੱਚ ਅਸੀਂ ਦੇਹ ਦੀਆਂ ਜਿਹੜੀਆਂ ਚੀਜ਼ਾਂ ਆ ਗੁਰਬਾਣੀ 'ਚ ਨੇਚਰ ਦੀਆਂ ਚੀਜ਼ਾਂ ਆ ਉਹਨਾਂ ਨੂੰ ਅਸੀਂ ਨਾਲ ਜੋੜਦੇ ਹਾਂ ਕਿ ਇਹ ਗੁਰਬਾਣੀ ਨੇਚਰ ਨੂੰ ਰੈਲਿਸ਼ ਕਰਦੀ ਆ, ਇਹਦੇ 'ਚ ਜਿਹੜਾ ਮਤਲਬ ਕਿ ਸੰਸਾਰ ਆ ਉਹਦੇ ਨਾਲ ਰਿਲੇਸ਼ਨ ਆ, ਇਸ ਕਰਕੇ ਜਿਹੜਾ ਆ ਉਹਦੇ ਵਿੱਚ
ਇਹ ਅਸੈਟਿਸਿਜ਼ਮ ਨੂੰ ਰਿਜੈਕਟ ਕਰਦੀ ਆ, ਇਤਿਹਾਸਵਾਦ ਨੂੰ ਰਿਜੈਕਟ ਕਰਦੀ ਗੁਰਬਾਣੀ, ਉਹ ਕੋਟੇਸ਼ਨ ਇਹਦੇ ਵਿੱਚ ਲਈਆਂ ਜਾਂਦੀਆਂ ਆ। ਤੇ ਇਹਦੇ ਜਿਹੜੇ ਇਤਿਹਾਸ ਦੇ ਵਿੱਚ ਉਹ ਵੇਰਵੇ ਨਾਲ ਫਿਰ ਜੋੜ ਲਏ ਜਾਂਦੇ ਆ, ਉਹ ਹੈਗੇ ਆ ਕਿ ਮੀਰੀ ਪੀਰੀ, ਭਗਤੀ ਸ਼ਕਤੀ, ਸੰਤ ਸਿਪਾਹੀ, ਕਿਰਤ। ਇਹਦੇ ਵਿੱਚ ਵੀ ਜਿਵੇਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਮੀਰੀ ਪੀਰੀ, ਭਗਤੀ ਸ਼ਕਤੀ ਜਾਂ ਸੰਤ ਸਿਪਾਹੀ ਨੂੰ ਵਰਤਦੇ ਹਾਂ ਤਾਂ ਉਹਦੇ ਵਿੱਚ ਸਾਡੀਆਂ ਪੋਲੀਟੀਕਲ ਕਨੋਟੇਸ਼ਨ ਜਿਹੜੀਆਂ ਡੋਮੀਨੇਟ ਕਰ ਜਾਂਦੀਆਂ ਆ, ਪਰ ਪੋਲੀਟੀਕਲ ਕਨੋਟੇਸ਼ਨ ਦੇ ਉੱਤੇ ਜਿਹੜੇ ਫਲਸਫੇ ਦੇ ਕੁਐਸਚਨ ਦੇ ਭਾਰ ਪੈਣੇ ਆ ਜਾਂ ਉਹਦੀਆਂ ਇਨਰ ਕੰਟਰਾਡਿਕਸ਼ਨ ਜਾਗਣੀਆਂ ਆ, ਉਹ ਅਸੀਂ ਆਪਣੀ ਸਪਿਰਚੁਐਲਿਟੀ ਦੇ ਹਵਾਲੇ 'ਚ ਛੱਡ ਦਿੰਦੇ ਹਾਂ ਕਿ ਉਹ ਇਹਦਾ ਹੱਲ ਕਰੇਗੀ, ਤੇ ਉਹਦੀਆਂ ਕੋਟੇਸ਼ਨ ਵੱਖਰੀਆਂ ਰਹਿ ਜਾਂਦੀਆਂ। ਪਰ ਅਸੀਂ ਉਹਦੇ ਵਿੱਚੋਂ ਜਿਹੜੀ ਇੰਸਪੀਰੇਸ਼ਨ ਲੈਂਦੇ ਹਾਂ ਉਹ ਕੰਪੈਰੀਟਿਵ ਰਿਲੀਜਨ ਦੇ ਵਿੱਚ ਕਿਸੇ ਫੀਅਰ ਕਰਕੇ ਜਾਂ ਕਿਸੇ ਨੀਡ ਕਰਕੇ, ਜੈਨੂਅਨ ਨੀਡ ਕਰਕੇ ਵੀ ਮੈਂ ਕਹਿ ਸਕਦਾ, ਉਹ ਆਪਣੀ ਹਿਸਟਰੀ ਦੇ ਭੈ ਤੋਂ ਮੁਕਤ ਹੋਣ ਦੇ ਆਪਣੇ ਰਾਹ ਲੱਭਦੇ ਆ। ਇਹਦੇ ਵਿੱਚ ਜਿਹੜੀ ਮਤਲਬ ਕਿ ਜਿਹੜੇ ਮੁੱਥੂਮੋਹਨ ਸਾਹਿਬ ਦੀ ਜਿਹੜੀ ਕਿਤਾਬ ਆ, ਜਿਹੜੇ ਉਹਦੇ ਜਿਹੜੇ ਮੈਂ ਉਹਨਾਂ ਦੇ ਪੇਪਰ ਦਾ ਜ਼ਿਕਰ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹਦੀ ਹੋਰ ਵਿਆਖਿਆ ਉਹਨੂੰ ਫੈਲਾਇਆ ਆ। ਉਹਨਾਂ ਨੇ ਕਿਹਾ ਕਿ ਗੁਰਬਾਣੀ ਦੇ ਵਿੱਚ ਨੇਚਰ ਦੇ ਨਾਲ ਜਿਹੜਾ ਸੰਬੰਧ ਆ, ਨੇਚਰ ਆ ਰਹੀ ਹੈ ਗੁਰਬਾਣੀ 'ਚ, ਇਸ ਕਰਕੇ ਗੁਰਬਾਣੀ ਫਿਜ਼ੀਕਲ ਚੀਜ਼ਾਂ ਨੂੰ ਮਾਇਆ ਕਹਿ ਕੇ ਜਾਂ ਜੀਵਨ ਤੋਂ ਤਿਆਗਵਾਦੀ ਕਹਿ ਕੇ ਨਹੀਂ ਛੱਡਦੀ ਇਹਨਾਂ ਨੂੰ, ਜਾਂ ਇਹਦੀ ਟਰੁੱਥ ਮੇਕਿੰਗ ਦੇ ਪ੍ਰੋਸੈਸ ਦੇ ਵਿੱਚ ਨੇਚਰ ਵੀ ਸ਼ਾਮਲ ਆ। NGO ਅਸਥੈਟਿਕਸ ਦਾ ਜ਼ਿਕਰ ਕਰਦੇ, ਇੱਕ ਕੈਟੇਗਰੀ ਉਹਨਾਂ ਨੇ ਅਸਥੈਟਿਕਸ ਬਣਾਈ ਆ ਕਿ ਜਗਤ ਦੇ ਨਾਲ ਸੰਬੰਧ ਦੇ ਵਿੱਚ ਗੁਰਬਾਣੀ ਅਸਥੈਟਿਕਸ ਨੂੰ ਵੀ ਮੰਨਦੀ ਆ, ਜਦਕਿ ਜਿਹੜੀਆਂ ਵਿਦਾਂਤਕ ਵਿਆਖਿਆਵਾਂ ਜਿਹੜੀਆਂ ਜਗਤ ਨੂੰ ਜਿਹੜਾ ਵਹਿਮ ਮੰਨਦੀਆਂ ਉਹ ਇਸ ਨੂੰ ਅਸਥੈਟਿਕਸ ਦੇ ਨਾਲ ਨਹੀਂ ਜੋੜਦੇ। ਹਾਲਾਂਕਿ ਮੈਂ ਇੱਥੇ ਬੋਲਣਾ ਨਹੀਂ ਚਾਹੁੰਦਾ ਵੀ ਜਿਹੜੀ ਸ਼ੰਕਰ ਦੀ ਵਿਆਖਿਆ ਇਹ ਕਰ ਰਹੇ ਹਨ, ਮੇਰੇ ਥੋੜ੍ਹੇ ਜਿਹੇ ਉਹਦੇ ਨਾਲ ਮਤਭੇਦ ਹਨ, ਕਿਉਂਕਿ ਸ਼ੰਕਰ ਨੇ ਸੌਂਦਰਿਆ ਲਹਿਰੀ ਵੀ ਲਿਖੀ ਆ। ਸੋ ਸ਼ੰਕਰ ਜਿਹੜਾ ਆ ਉਹ ਸ਼ੈਵਾਈਟ ਵਿਆਖਿਆ ਕਰਦਾ ਪਿਆ ਆ ਵਿਦਾਂਤ ਦੀ, ਤੇ ਉਹਦੀ ਇੱਕ ਆਨੰਦ ਲਹਿਰੀ ਕਿਤਾਬ ਵੀ ਹੈਗੀ ਆ, ਤੇ ਉਹ ਤੰਤਰ ਦਾ ਬੰਦਾ ਆ ਤੇ ਉਹਨੇ ਸ਼ੈਵ ਵਿਆਖਿਆ ਕੀਤੀ ਆ ਵਿਦਾਂਤ ਦੀ। ਸੋ ਇੱਥੇ ਮੈਂ ਥੋੜ੍ਹਾ ਜਿਹਾ ਉੱਧਰ ਜਾਣਾ ਨਹੀਂ ਚਾਹੁੰਦਾ ਕਿਉਂਕਿ ਇੱਕ ਵੱਖਰਾ ਟੌਪਿਕ ਆ, ਪਰ ਮੇਰੇ ਥੋੜ੍ਹੇ ਜਿਹੇ ਉਹਦੇ ਬਾਰੇ ਕਈ ਕੁਐਸਚਨਸ ਤੇ ਸ਼ੰਕੇ ਹੈਗੇ ਆ ਇਸ ਵਿਆਖਿਆ ਦੇ ਉੱਤੇ ਕਿ ਸ਼ੰਕਰ ਦੇ ਮਾਇਆ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਆ, ਕਿਉਂਕਿ ਸ਼ੰਕਰ ਦੀ ਬਾਕੀ ਜਿਹੜੀ ਸਾਰੀ ਪ੍ਰੈਕਟਿਸ ਆ ਉਹਦੇ 'ਚ ਜੀਵਨ ਦੇ ਨਾਲ ਰਿਲੇਸ਼ਨ ਬਹੁਤ ਜ਼ਿਆਦਾ, ਉਹਦੇ ਆਪਣੇ ਅਮਲ ਦੇ ਵਿੱਚ ਵੀ ਰਿਲੇਸ਼ਨ ਪਿਆ ਹੋਇਆ, ਤੇ ਭਾਵੇਂ ਉਹ ਨੈਗੇਟਿਵ ਆ ਪੋਜ਼ਿਟਿਵ ਆ ਵੱਖਰੀ ਗੱਲ ਆ। ਸੋ ਸਿਧਾਂਤਕ ਤੌਰ ਤੇ ਉਹਦੇ ਉਸ ਬਹਿਸ 'ਚ ਮੈਂ ਜਾਣਾ ਨਹੀਂ ਚਾਹੁੰਦਾ, ਪਰ ਇਹਨਾਂ ਨੇ ਫਿਰ ਅੱਗੇ ਦੱਸਿਆ ਕਿ ਜਿਹੜੀ ਗੁਰਬਾਣੀ ਦੇ ਵਿੱਚ ਜਿਹੜੀ ਕਲਰਫੁੱਲ ਅਰਥ ਆ ਉਹਦੀ ਪੇਸ਼ਕਾਰੀ ਹੋਈ ਆ, ਜਿਵੇਂ ਤੁਸੀਂ ਆਪਣਾ 12ਵਾਂ ਜਿਹੜਾ ਤੁਖਾਰੀ ਆ ਉਹਦੇ ਵਿੱਚ ਦੇਖ ਸਕਦੇ ਹੋ, ਜਾਂ ਇਹਦੇ 'ਚ ਬਿਰਹਨ ਦੇ ਪੈਸ਼ਨ ਤੁਸੀਂ ਦੇਖ ਸਕਦੇ ਹੋ। ਐਂਜੀ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਉਹਨਾਂ ਨੇ ਗੁਰਨਾਮ ਕੌਰ ਮੈਡਮ ਦੀਆਂ ਦੇ ਇਨਸਾਈਟਸ ਨੂੰ ਯੂਜ਼ ਕਰਕੇ ਦੱਸੀ, ਉਹਨੂੰ ਐਪਰੀਸ਼ੀਏਟ ਕਰਦੇ ਹੋਏ ਉਹਦਾ ਹਵਾਲਾ ਦਿੱਤਾ ਕਿ ਗੁਰਬਾਣੀ 'ਚ ਪਰਸੈਪਸ਼ਨ, ਰਿਫਲੈਕਸ਼ਨ ਤੇ ਕੰਟੈਂਪਲੇਸ਼ਨ 'ਚੋਂ ਜਿਹੜੀ ਟਰੁੱਥ ਦੀ ਕੰਸਟਰਕਸ਼ਨ ਹੁੰਦੀ ਆ ਉਹ ਵੀ ਓਨਟੋਲੋਜੀਕਲ ਟਰੁੱਥ ਦੇ ਵਿੱਚ ਪਾਰਟੀਸਪੇਟ ਕਰਦੀ ਆ। ਇਹ ਪੁਆਇੰਟ ਕਾਫੀ ਜ਼ਬਰਦਸਤ ਪੁਆਇੰਟ ਆ। ਸੋ ਇਹਦੇ ਵਿੱਚ ਮਤਲਬ ਇਹ ਪੁਆਇੰਟ ਦਾ ਵਿਸਥਾਰ ਤਾਂ ਨਹੀਂ ਬਹੁਤਾ ਪੇਸ਼ ਕੀਤਾ ਜਾ ਸਕਿਆ, ਤੇ ਇਹ ਪੁਆਇੰਟ ਜਿਹੜਾ ਆ ਉਹਨਾਂ ਦੀ ਰਾਈਟਿੰਗ ਇੱਕ ਪੈਰਾਗ੍ਰਾਫ ਦੇ ਤੌਰ ਤੇ ਆ ਰਿਹਾ ਆ, ਪਰ ਉਹਨਾਂ ਦੀ ਜਿਹੜੀ ਟੋਟਲ ਵਿਆਖਿਆ ਆ ਜਿਹੜੀ ਕਿ ਵਨ ਸਾਈਡਡ ਆ, ਜਿਹੜੀ ਕਿ ਜਗਤ ਨੂੰ ਸੱਚਾ ਮੰਨ ਕੇ ਕੰਪੈਰੀਟਿਵ ਰਿਲੀਜਨ ਦੇਖ ਰਹੀ ਆ, ਉਹ ਉਹਦੇ ਭਾਰ ਥੱਲੇ ਦੱਬਿਆ ਹੋਇਆ ਪੁਆਇੰਟ ਆ। ਪਰ ਇਹ ਪੁਆਇੰਟ ਆਪਣੇ ਆਪ ਦੇ ਵਿੱਚ ਕਾਫੀ ਕਾਰਗਰ ਆ, ਮੈਂ ਇਹਨੂੰ ਥੋੜਾ ਜਿਹਾ ਅੱਗੇ ਜਾ ਕੇ ਟੱਚ ਕਰਾਂਗਾ। ਤੇ ਇਹਦੇ ਵਿੱਚ ਜਿਹੜੀ ਹੋਰ ਵੱਡੀ ਗੱਲ ਜਿਹੜੀ ਆ ਕਿ ਜਿਹੜੀ ਸਿੱਖ ਅਕੈਡਮਿਕਸ ਆ ਇਹਦੇ ਵਿੱਚ ਜਿਹੜੇ ਮਤਲਬ ਕਿ ਮੈਂ ਪਹਿਲਾਂ ਸਮਝਦਾ ਸੀਗਾ ਕਿ ਸਿਰਫ ਇੱਕੋ ਹੀ ਬੰਦਾ, ਇੱਕੋ ਹੀ ਸਕਾਲਰ ਆ ਜਿਹਨੇ ਜਿਹੜੀ ਅਧਿਆਤਮਿਕ ਪ੍ਰੈਕਟਿਸ ਨੂੰ ਐਪਿਸਟੇਮੋਲੋਜੀਕਲ ਟਰੁੱਥ ਦੀ ਕੰਸਟਰਕਸ਼ਨ 'ਚ ਸ਼ਾਮਿਲ ਕਰਾਇਆ। ਇਹ ਮੇਰੇ ਹਿਸਾਬ ਨਾਲ ਜਿਹੜੇ ਗੁਲਜ਼ਾਰ ਸਿੰਘ ਕੰਗ ਜੀ ਸੀਗੇ ਉਹਨਾਂ ਦੀ ਕਿਤਾਬ ਜਿਹੜੀ ਸ਼ਬਦ, ਅਨੁਭਵ ਤੇ ਦਰਸ਼ਨ, ਇਹੀ ਇੱਕ ਕਿਤਾਬ ਹੈ ਅਕੈਡਮੀ ਦੀ
ਅਕੈਡਮੀ ਤੋਂ ਬਾਅਦ ਤਾਂ ਭਾਈ ਵੀਰ ਸਿੰਘ ਨੇ ਵੀ ਕਰਾਇਆ ਆ, ਉਹਨਾਂ ਦੀ ਜਿਹੜੀ ਸੰਥਿਆ ਆ ਉਹਦੇ ਵਿੱਚ ਉਹਨਾਂ ਨੇ ਕੀ ਨਾ ਇਹ ਅਰਥ ਦੀ ਕੰਸਟਰਕਸ਼ਨ ਦੇ ਵਿੱਚ ਅਭਿਆਸ ਨੂੰ ਵਿੱਚ ਸ਼ਾਮਿਲ ਕਰਾਇਆ ਹੋਇਆ ਸੰਥਿਆ ਦੇ ਵਿੱਚ। ਉਹ ਬੜੀ ਵੱਡੀ ਚੀਜ਼ ਆ, ਸੰਥਿਆ ਦੇ ਵਿੱਚ ਅਭਿਆਸ ਸ਼ਾਮਿਲ ਹੋ ਜਾਣਾ, ਮੀਨਿੰਗ ਦੀ ਕੰਸਟਰਕਸ਼ਨ ਚ ਅਭਿਆਸ ਸ਼ਾਮਿਲ ਹੋਣਾ, ਅਧਿਆਤਮਕ ਪ੍ਰੈਕਟਿਸ ਸ਼ਾਮਿਲ ਹੋਣੀ, ਇਹ ਗੱਲ ਬਹੁਤ ਵੱਡੀ ਗੱਲ ਆ। ਪਰ ਇਹਨਾਂ ਦੇ ਲੇਖ ਦੇ ਵਿੱਚ ਇਹ ਸਪ੍ਰੈਸਡ ਆ, ਉਂਝ ਆ ਗਈ ਆ, ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆ। ਤੇ ਇਹ ਗੁਰਨਾਮ ਕੌਰ ਜੀ ਦੀ ਕੰਟਰੀਬਿਊਸ਼ਨ ਆ ਜਿਹਨੂੰ ਰੈਕੋਗਨਾਈਜ਼ ਕੀਤਾ ਮੁਥੂਮਨ ਸਾਹਿਬ ਨੇ। ਸੋ ਦੂਜੇ ਨੰਬਰ ਤੇ ਜਿਹੜਾ ਆ ਮਤਲਬ ਕਿ ਵੀ ਉਹ ਜਿਹੜੀ ਪ੍ਰੈਕਟਿਸ ਆ ਉਹ ਕੰਸਟਰਕਸ਼ਨ ਕਰਦੀ ਆ ਮੀਨਿੰਗ ਦੀ, ਇਹ ਇਹਨਾਂ ਨੇ ਕਰਾਇਆ। ਪਰ ਡੋਮੀਨੈਂਸ ਜਿਹੜੀ ਆ ਉਸੇ ਕੰਪੈਰੇਟਿਵ ਰਿਲੀਜਨ ਦੀ ਰਹਿੰਦੀ ਆ। ਸੋ ਹੁਣ ਮੇਰਾ ਜਿਹੜਾ ਮਤਲਬ ਕਿ ਅਗਲਾ ਪੁਆਇੰਟ ਆ, ਤੀਜਾ ਪੁਆਇੰਟ, ਇਸ ਤੋਂ ਬਾਅਦ ਮੈਂ ਇਹਦੀ ਬਹਿਸ ਬਣਾਵਾਂਗਾ। ਤੀਜਾ ਪੁਆਇੰਟ ਥੋੜਾ ਡਿਸਕ੍ਰਿਪਟਿਵ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਆ ਇਹਦੇ ਉੱਤੇ ਜਿਹੜੀ ਡਾਕਟਰ ਭਾਰਤ ਵੀਰ ਜੀ ਕੌਰ ਜੀ ਦੀ ਜਿਹੜੀ ਕਿਤਾਬ ਆ ਸ੍ਰੀ ਗੁਰੂ ਤੇਗ ਬਹਾਦਰ ਬਾਣੀ ਦਾ ਚਿੰਤਨ ਪ੍ਰਬੰਧ, ਇਹਦੇ ਵਿੱਚ 181 ਸਫ਼ੇ ਤੇ ਜਿਹੜਾ ਉਹਨਾਂ ਦਾ ਜਗਤ ਦੇ ਸੰਬੰਧ ਦੇ ਵਿੱਚ ਜਿਹੜਾ ਪੈਟਰਨ ਬਣਾਇਆ ਆ ਚੇਨ ਪ੍ਰਬੰਧ ਦਾ, ਉਹਦਾ ਚਾਰਟ ਬਣਾਇਆ ਹੋਇਆ ਉਹਨਾਂ ਨੇ। ਉਹ ਚਾਰਟ ਮੈਨੂੰ ਇੱਥੇ ਪੇਸ਼ ਨਹੀਂ ਕਰਨਾ ਹੁੰਦਾ, ਨਹੀਂ ਤੇ ਉਹ ਬੱਚਿਆਂ ਨੂੰ ਕਾਫੀ ਫਾਇਦਾ ਹੋ ਸਕਦਾ ਸੀ। ਉਹ ਚਾਰਟ ਦੇ ਉਹਨਾਂ ਨੇ ਜਿਹੜੇ ਦੋ ਸਟੈਪ ਬਣਾਏ ਆ, ਉਹਦਾ ਪਹਿਲਾ ਹੈ ਜਗਤ ਦੇ ਗੁਣ, ਇਹਦੇ ਚ ਉਹਨਾਂ ਨੇ ਦੋ ਹਿੱਸੇ ਵੰਡੇ ਆ, ਇਹ ਲੌਕਿਕ, ਇਹ ਲੌਕਿਕ ਦੇ ਵਿੱਚ ਨਾਸ਼ਮਣ ਅਤੇ ਖਿੰਨ ਭੰਗਰ। ਜਿਹੜਾ ਦੂਜਾ ਬਣਾਇਆ ਉਹਨਾਂ ਨੇ ਜਗਤ ਦੇ ਗੁਣ ਚ ਪਾਰਲੌਕਿਕ, ਉਹ ਸਦੀਵੀ ਤੇ ਸਥਿਰ ਆ। ਫਿਰ ਉਹਨਾਂ ਨੇ ਜਗਤ ਦੇ ਤੱਤ ਬਣਾਏ ਆ, ਇੱਕ ਸਥੂਲ ਤੱਤ ਬਣਾਏ ਆ, ਸਥੂਲ ਤੱਤਾਂ ਨੂੰ ਉਹਨਾਂ ਨੇ ਇੱਕ ਰਿਸ਼ਤੇਦਾਰੀ ਦੀ ਕੈਟੇਗਰੀ ਚ ਵੰਡਿਆ, ਰਿਸ਼ਤੇਦਾਰ ਜਿਹੜੇ ਉਹਦੇ ਚ ਇਸਤਰੀ ਪੁੱਤਰ ਭਰਾ ਮਾਤਾ ਪਿਤਾ, ਤੇ ਜਿਹੜਾ ਦੂਜੇ ਹੋਰ ਰਿਸ਼ਤੇ ਆ ਉਹਦੇ ਚ ਜੀਵ ਲੋਕ ਮਿੱਤਰ ਸਖਾ ਧਨ ਪਦਾਰਥ ਦੌਲਤ ਗ੍ਰਹਿ, ਇਹ ਇੱਕ ਕੈਟੇਗਰੀ ਆ। ਦੂਜੀ ਸੂਖਮ ਕੈਟੇਗਰੀ ਆ ਜਗਤ ਦੀ, ਜਗਤ ਦੇ ਤੱਤਾਂ ਦੀ, ਉਹ ਹੈ ਜਨਮ ਮਰਨ ਦੁੱਖ ਚਿੰਤਾ ਸਵਾਰਥ ਤੇ ਪ੍ਰਭੂ ਮਿਲਾਪ। ਮਤਲਬ ਕਿ ਇਹਦੇ ਚ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਦਾ ਜਿਹੜਾ ਜਗਤ ਸੰਬੰਧੀ ਜਿਹੜਾ ਪਸਾਰ ਆ ਉਹਦੇ ਵਿੱਚ ਜਗਤ ਜਿਹੜਾ ਧੂਏ ਦਾ ਪਹਾੜ, ਬਾਦਰ ਕੀ ਛਾਈ, ਬੁਧਬਦਾ, ਸੁਪਨਾ, ਮ੍ਰਿਗ ਤ੍ਰਿਸ਼ਨਾ, ਬਾਰੂ ਕੀ ਭੀਤ, ਭਾਵ ਵੀ ਇਹਦੇ ਚ ਜਿਹੜੀ ਅਸੀਂ ਪਹਿਲਾਂ ਵਿਆਖਿਆ ਕਰਕੇ ਹਟੇ ਹਾਂ ਸਾਡੇ ਸਿਧਾਂਤਕਾਰਾਂ ਦੀ, ਜਿਨ੍ਹਾਂ ਨੇ ਜਗਤ ਸੱਚਾ ਲੈ ਕੇ ਕੰਪੈਰੇਟਿਵ ਰਿਲੀਜਨ ਦੇ ਨੁਕਤੇ ਤੋਂ ਆਪਣੇ ਸੋਸ਼ੋਲੋਜੀਕਲ ਤੇ ਪੋਲੀਟੀਕਲ ਤੇ ਹਿਸਟੋਰੀਕਲ ਸਿਚੁਏਸ਼ਨ ਦੀ ਟਰੁੱਥ ਮੇਕਿੰਗ ਦੀ ਕੰਸਟਰਕਸ਼ਨ ਕਰਕੇ ਗੁਰਬਾਣੀ ਨੂੰ ਕੰਪੈਰੇਟਿਵਲੀ ਤਾਂ ਉਹਦੇ ਤੋਂ ਵਿਕਟੋਰੀਅਸ ਬਣਾ ਲਿਆ ਤੇ ਆਪਣੇ ਭੈਣ ਨੂੰ ਵੀ ਨਿਵਿਰਤ ਕਰਨ ਦੀ ਇੱਕ ਸਿਧਾਂਤਕਾਰੀ ਕਰ ਲਈ, ਪਰ ਗੁਰਬਾਣੀ ਦੇ ਸਾਰੇ ਤੱਥ ਉਹਦੇ ਵਿੱਚ ਸ਼ਾਮਿਲ ਲਈਏ। ਸੋ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਬ੍ਰਹਿਮੰਡ ਸਿਧਾਂਤ ਆ ਉਸ ਸਿਧਾਂਤਕਾਰੀ ਦੇ ਵਿੱਚ ਪ੍ਰੋਮੀਨੈਂਟ ਪਲੇਸ ਨਹੀਂ ਰੱਖਦਾ। ਸੋ ਜਗਤ ਸੱਚਾ ਤੇ ਜਗਤ ਧੂਏ ਦਾ ਪਹਾੜ, ਇਹਦੀ ਅੰਤਰ ਸੰਬੰਧਤਾ ਦੇ ਵਿੱਚੋਂ ਗੁਰੂ 'ਚ ਐਕਸ਼ਨ ਕਿੰਝ ਪੈਦਾ ਹੁੰਦਾ ਆ। ਸੋ ਜਦੋਂ ਸ਼ੰਕਰਾਚਾਰੀਏ ਦੇ ਵਿੱਚ ਜਗਤ ਜਿਹੜਾ ਆ ਉਹ ਮਿੱਥਿਆ ਹੈ, ਤੇ ਸਾਰੇ ਸਾਡੇ ਸਕਾਲਰਸ ਜਿਹੜੇ ਆ ਇਹਨਾਂ ਨੇ ਕਿਹਾ ਕਿ ਉਹਦੇ 'ਚ ਪੈਸਿਵਿਟੀ ਹੈ, ਇਨਐਕਟਿਵ ਹੈ, ਤੇ ਉਹ ਹਿਸਟੋਰੀਕਲੀ ਡਾਇਨਮਿਕ ਨਹੀਂ ਹੈ, ਉਹਦੇ 'ਚ ਤਿਆਗਵਾਦ ਹੈ, ਉਹਦੇ 'ਚ ਬੋਡੀ ਰਸਿਕਤਾ ਨਹੀਂ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਜ਼ਿੰਦਗੀ ਜਗਤ ਧੂਏ ਦਾ ਪਹਾੜ ਹੁੰਦੇ ਹੋਏ ਉਹਦੇ ਵਿੱਚ ਰਾਗ ਪੈਦਾ ਕਰਦੇ ਆ ਗੁਰੂ ਸਾਹਿਬ ਜੈਜਾਵੰਤੀ। ਮਿਊਜ਼ਿਕ ਦੀਆਂ ਡਿਮੈਂਸ਼ਨ ਦਾ ਰਾਗ ਪੈਦਾ ਕਰਨਾ, ਆਪਣੇ ਆਪ ਦੇ ਵਿੱਚ ਇੱਕ ਕੌਸਮੋਸ ਕ੍ਰੀਏਟ ਕਰਨਾ ਮਿਊਜ਼ਿਕ ਦਾ। ਸੋ ਉਹਦੇ ਤੇ ਦੂਜਾ ਉਹਦੇ 'ਚ ਸ਼ਹਾਦਤ ਆ, ਉਹਦੇ 'ਚ ਗੁਰਿਆਈ ਆ, ਉਹਦੇ ਵਿੱਚੋਂ ਦੀ ਗੁਰੂ ਸਾਹਿਬ ਸਾਖੀ ਨਿਯਮ ਪੇਸ਼ ਕਰਦੇ ਆ। ਸਾਖੀ ਨਿਯਮ ਜਿਹੜਾ ਆ ਉਹ ਸ਼ਬਦ ਦੀ ਕੌਸਮਿਕ ਡਿਮੈਂਸ਼ਨ ਨੂੰ ਨਾਮ ਰਸਿਕਤਾ ਦੇ ਕਨੈਕਸ਼ਨ ਚ ਲਿਆ ਕੇ ਕਨਵਰਟੀਬਲ ਬਣਾ ਦੇਣਾ, ਦੇਹ ਨੂੰ ਆਤਮਾ ਦੇ ਕਨਵਰਟੀਬਲ ਬਣਾ ਦੇਣ ਦਾ ਨਾਂ ਹੁੰਦਾ ਸਾਖੀ ਨਿਯਮ।
ਸੋ ਜਿਹਦੀ ਸ਼ਰਨ ਦੇ ਵਿੱਚ ਹਿਸਟਰੀ ਚੱਲਦੀ ਆ। ਸੋ ਮੈਂ ਇੱਕ ਤਰ੍ਹਾਂ ਕਹਾਂਗਾ ਕਿ ਜਿਹੜੀ ਜਗਤ ਧੂਏ ਦਾ ਪਹਾੜ ਤੇ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਇਹਦੀ ਅੰਤਰ ਸੰਬੰਧਤਾ ਦੇ ਰਾਜ ਚੋਂ ਐਕਸ਼ਨ ਕਿੰਜ ਪੈਦਾ ਹੋਇਆ, ਇਸ ਦਾ ਕੋਸਮੋਲੋਜੀਕਲ ਜਿਹੜਾ ਅਨੈਲਿਸਿਸ ਆ ਉਹ ਸਿੱਖ ਪੰਥ ਦੇ ਵਿੱਚ ਅਕਹਿਰੇਪਣ ਦੀਆਂ ਤੇ ਲਿਮਿਟਡ ਸਾਈਕੋਲੋਜੀ ਦੇ ਅਧੀਨ ਆ ਗਿਆ। ਸੋ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਪੁਰਬ ਮਨਾ ਰਹੇ ਹਾਂ, ਸੋ ਉਹਨਾਂ ਦੀ ਇਹ ਇਨਸਾਈਟ ਜਿਹੜੀ ਆ ਕਿ ਜਗਤ ਧੂਏ ਦਾ ਪਹਾੜ ਜਾਂ ਫੇਰ ਬੁੱਧਬ ਦਾ ਇਹ ਸਾਰਾ ਪਸਾਰ ਜਿਹੜਾ ਜੇ ਅਸੀਂ ਇਹਨੂੰ ਵਿੱਚ ਸ਼ਾਮਿਲ ਕਰਕੇ ਅਨੈਲਿਸਿਸ ਕਰੀਏ ਤਾਂ ਅਸੀਂ ਜਿਹੜਾ ਸਾਡਾ ਪਹਿਲਾ ਅਨੈਲਿਸਿਸ ਹੋਇਆ ਉਹਦੀਆਂ ਸੀਮਾਵਾਂ ਤੋਂ ਬਾਹਰ ਆ ਸਕਦੇ ਹਾਂ। ਸੋ ਅੱਜ ਦੇ ਮੇਰੇ ਲੈਕਚਰ ਦਾ ਜਿਹੜਾ ਮੇਨ ਤਣਾਅ ਵਾਲਾ ਪੁਆਇੰਟ ਆ, ਅਨੈਲਿਸਿਸ ਵਾਲਾ ਪੁਆਇੰਟ ਆ, ਜੋ ਮੇਰਾ ਮੇਨ ਕੁਐਸਚਨ ਆ ਉਹ ਇਹੀ ਟੈਂਸ਼ਨ ਆ। ਸੋ ਇਹਦੇ ਵਿੱਚ ਜਿਹੜਾ ਆ ਗੁਰੂ ਸਾਹਿਬ ਜਗਤ ਨਾਸ਼ਵਾਨ ਤਾਂ ਮੰਨਦੇ ਹੋਏ ਐਕਸ਼ਨ ਸ਼ਹਾਦਤ ਤੇ ਗੁਰੂ ਸਾਖੀਆਂ ਦੇ ਵਿੱਚ ਗੁਰੂ ਸਾਹਿਬ ਵੱਖਰੇ ਵੱਖਰੇ ਸਿੱਖਾਂ ਨੂੰ ਤੀਰ ਬਖਸ਼ਦੇ ਆ ਜਾਂ ਗੁਰੂ ਸਾਹਿਬ ਆਪ ਘੋੜੇ ਤੇ ਰਹਿੰਦੇ ਆ, ਜਿਵੇਂ ਮੈਂ ਪਿਛਲੇ ਲੈਕਚਰ 'ਚ ਵੀ ਦੱਸਿਆ ਕਿ ਉਹ ਇੱਕ ਜਿਹੜੀ ਕ੍ਰਿਸ਼ਨ ਰਿਸੈਪਸ਼ਨ ਆ ਉਹਦੇ ਲਿਮਿਟ, ਉਹਦੀ ਜਿਹੜੀ ਹਿਸਟੋਰੀਸਿਟੀ ਮੇਕ ਹਿਸਟੋਰੀਓਗ੍ਰਾਫੀ ਦੀ ਲਿਮਿਟੇਸ਼ਨ ਆ, ਉਹਦੇ 'ਚ ਸਿੰਬੋਲਿਕਲੀ ਜਿਹੜਾ ਘੋੜੇ ਦੇ ਸਮੇਤ ਚਲੇ ਜਾਂਦੇ। ਸੋ ਉਹਦੀ ਵਿਆਖਿਆ ਮੈਂ ਵੱਖਰੇ ਲੈਕਚਰ 'ਚ ਕੀਤੀ ਹੈ। ਉਹਦੀ ਮੇਰਾ ਮਤਲਬ ਹੈ ਵੀ ਜਿਹੜੀ ਨਾਸ਼ਮਾਨਤਾ ਆ ਉਹਦੇ ਵਿੱਚੋਂ ਇਸ ਤਰ੍ਹਾਂ ਦਾ ਡਾਇਨਮਿਕ ਐਕਸ਼ਨ ਕਿੰਝ ਪੈਦਾ ਹੁੰਦਾ, ਇਹਦੀ ਸਿਧਾਂਤਕਾਰੀ ਕੀ ਹੈ, ਤੇ ਇਹ ਨਾਸ਼ਮਾਨਤਾ ਜਿਹੜੀ ਹੈ ਅਲੂਜਨ ਵਾਲੀ ਨਹੀਂ ਹੈ, ਇਹ ਸੱਚੇ ਤੇਰੇ ਖੰਡ ਨਾਲ ਜੁੜੀ ਹੋਈ ਨਾਸ਼ਮਾਨਤਾ ਹੈ। ਇਸ ਕਰਕੇ ਡਿਫਰੈਂਟ ਆ, ਜਿਵੇਂ ਕਿ ਸੁਖਵਿੰਦਰ ਸਿੰਘ ਜੀ ਨੇ ਲੈਕਚਰ 'ਚ ਦੱਸਿਆ ਕਿ ਵਿਰਾਗ ਡਿਫਰੈਂਟ ਆ। ਸੋ ਇਹਦੇ ਵਿੱਚ ਜਿਹੜਾ ਆ ਮਤਲਬ ਕਿ ਇੱਕ ਹੋਰ ਪੁਆਇੰਟ ਜਿਹੜਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਪਹਿਲੇ ਸਕਾਲਰ ਸੀਗੇ ਜਿਹਨਾਂ ਨੇ ਅਨੈਲਿਸਿਸ ਕੀਤਾ, ਉਹਨਾਂ ਨੇ ਇਕੱਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਜਿਹੜੇ ਕੋਸਮੋਲੋਜੀਕਲ ਪਸਾਰ ਆ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਵੀ ਜਿਹੜੇ, ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਜਗ ਧੂਵੇ ਕਾ ਧਵਲ ਹਰ, ਇਹ ਗੁਰੂ ਨਾਨਕ ਸਾਹਿਬ ਦੀ ਪੰਕਤੀ ਹੈ। ਇੰਜ ਹੀ ਜਿਹੜਾ ਪੰਜਵੇਂ ਪਾਤਸ਼ਾਹ ਨੇ ਕਿਹਾ ਧੂਮ ਬਹਾਦਰ ਸਭ ਮਾਇਆ ਸਾਜ। ਸੋ ਜਾਂ ਜਿਹੜੀ ਆਸਾ ਦੀ ਵਾਰ ਦੇ ਵਿੱਚ ਆਉਂਦਾ ਕੂੜ ਰਾਜਾ ਕੂੜ ਪਰਜਾ। ਸੋ ਇਹਦਾ ਮਤਲਬ ਹੈ ਕਿ ਅਸੀਂ ਜਿਹੜੀ ਇਹ ਵਿਆਖਿਆ ਕੀਤੀ ਇਹਦੇ 'ਚ ਅਸੀਂ ਕੁੱਝ ਨਾ ਕੁੱਝ ਕਿਸੇ ਇਤਿਹਾਸਕ ਟੈਨਸ਼ਨ ਦੇ ਵਿੱਚ ਖੜੇ ਹੋਏ ਹਾਂ। ਅਸੀਂ ਗੁਰਬਾਣੀ ਦੀ ਸਮੁੱਚਤਾ ਉਹਦੇ ਅਸੀਂ ਗੁਰਬਾਣੀ ਦੀ ਪੰਕਤੀ ਨੂੰ ਨਜ਼ਰਅੰਦਾਜ਼ ਕਰਕੇ ਕਿਸ ਤਰ੍ਹਾਂ ਆਪਣੀ ਵਿਆਖਿਆ ਨੂੰ ਸੰਪੂਰਨ ਕਹਿ ਸਕਦੇ ਹਾਂ। ਸੋ ਉਹਨੂੰ ਵਿੱਚ ਰੱਖ ਕੇ ਕੋਈ ਵੀ ਇੰਟਰਪ੍ਰੇਸ਼ਨ ਕਰੋ ਉਹ ਹੋ ਸਕਦੀ, ਪਰ ਤੁਸੀਂ ਆਪਣੇ ਡਾਟੇ ਨੂੰ ਆਪ ਹੀ ਆਪਣੇ ਪਰਸਪੈਕਟਿਵ ਦੇ ਨੁਕਤੇ ਤੋਂ ਬਾਹਰ ਕੱਢ ਦਿਓ। ਇਹ ਵਿਆਖਿਆ ਜਿਹੜੀ ਹੈ ਯੂਨੀਵਰਸਲ ਤੇ ਲੋਕਲ ਦੇ ਬੈਲੈਂਸ ਨਹੀਂ ਬਣਾ ਸਕਦੇ, ਨਾ ਹੀ ਉਹਨਾਂ ਦੀ ਜਿਹੜੀ ਹੈ ਇੰਟਰਲੇਸ਼ਨ ਨੂੰ, ਤੇ ਨਾ ਹੀ ਉਹਨਾਂ ਦੀ ਜਿਹੜੀ ਇੱਕ ਦੂਜੇ 'ਚ ਪਲਟ ਜਾਣ ਦੀ ਸ਼ਕਤੀ ਆ ਉਹਦੀ ਕਰਤਾਰਤਾ ਨੂੰ ਪੇਸ਼ ਕਰ ਸਕਦੇ। ਸੋ ਇਹਦੇ ਵਿੱਚ ਜਿਹੜਾ ਆ ਗੁਰੂ ਘਰ ਦੇ ਵਿੱਚ ਰਸਿਕ ਬੈਰਾਗੀ ਆਉਂਦਾ, ਗ੍ਰਸਤ ਉਦਾਸੀ ਆਉਂਦਾ ਆ, ਇਹ ਪਸਾਰ ਜਿਹੜੇ ਆ ਇਹ ਸਾਰੇ ਅਸੀਂ ਆਪਣੀ ਜਿਹੜੀ ਬ੍ਰਹਿਮੰਡ ਸਿਧਾਂਤ ਜਿਹਦੇ 'ਚੋਂ ਅਸੀਂ ਆਪਣਾ ਟਾਈਮ ਸਪੇਸ ਨਿਸ਼ਚਿਤ ਕੀਤਾ ਹੋਇਆ ਉਹਦੇ ਵਿੱਚੋਂ ਬਾਹਰ ਕੱਢ ਲਏ, ਮਤਲਬ ਅਸੀਂ ਆਪ ਹੀ ਆਪਣੀ ਸਿਧਾਂਤਕਾਰੀ ਨਾਲ ਆਪਣੀਆਂ ਮਾਨਸਿਕ ਸਮਾਜਿਕ ਲੋੜਾਂ 'ਚੋਂ ਉਹ ਕੰਸਟਰਕਸ਼ਨ ਕਰ ਲਈ ਕਿ ਗੁਰਬਾਣੀ ਦੀਆਂ ਪੰਕਤੀਆਂ ਹੀ ਬਾਹਰ ਰੱਖਣਾ ਸਾਡਾ ਫਰਜ਼ ਬਣ ਗਿਆ ਇੱਕ ਤਰ੍ਹਾਂ, ਸਾਨੂੰ ਉਹਦੀ ਮਤਲਬ ਮਜਬੂਰੀ ਬਣ ਗਈ ਹੈ। ਜੇ ਉਹ ਵਿੱਚ ਆ ਜਾਣ ਤਾਂ ਸਾਡਾ ਥੀਸਿਸ ਟੁੱਟਦਾ ਆ ਤੇ ਅਸੀਂ ਫਿਰ ਉਹਦੇ ਬਾਰੇ ਸਾਈਲੈਂਟ ਹੋ ਜਾਂਦੇ ਹਾਂ। ਇਸੇ ਤਰ੍ਹਾਂ ਭੱਟ ਬਾਣੀ ਨਾਲ ਹੋ ਰਿਹਾ, ਭੱਟ ਬਾਣੀ ਦਾ ਬਹੁਤ ਸਾਰਾ ਜਿਹੜਾ ਚੀਜ਼ਾਂ ਅਸੀਂ ਬਾਹਰ ਰੱਖ ਰਹੇ ਹਾਂ, ਜਾਂ ਕੀਰਤਨ ਪਰੰਪਰਾ 'ਚ ਵੀ ਬਹੁਤ ਸਾਰੇ ਕ੍ਰਾਈਸਿਸ ਵਾਪਰ ਰਹੇ, ਅਸੀਂ ਕੁਝ ਸ਼ਬਦ ਬਾਹਰ ਰੱਖ ਰਹੇ ਹਾਂ। ਸੋ ਇਹ ਕਿਸ ਤਰ੍ਹਾਂ ਦੀ ਸਾਡੀ ਸ਼ਬਦ ਨੂੰ ਮੰਨਣ ਦੀ ਪ੍ਰਵਿਰਤੀ ਹੈ ਕਿ ਸਾਡੀ ਸਿਧਾਂਤਕਾਰੀ ਸਾਡੇ ਡਰਾਂ ਦੇ ਵਿੱਚੋਂ ਬਣੇ, ਉਹਦਾ ਚੋਲਾ ਜਿਹੜਾ ਆ ਉਹ ਗੁਰਬਾਣੀ ਦਾ ਤੇ ਸਿੱਖ ਟ੍ਰੈਡੀਸ਼ਨ ਦਾ ਹੋਵੇ, ਤੇ ਉਹ ਜਿਹੜੀ ਆ ਸਾਨੂੰ ਸੀਮਿਤ ਕਰਦੀ ਜਾਵੇ। ਸੋ ਇਹਦੇ ਨਾਲ ਸਾਡੀਆਂ ਪ੍ਰੋਬਲਮ ਬਹੁਤ ਵੱਧ ਜਾਣਗੀਆਂ। ਸੋ ਇਹ ਮੇਰਾ ਕੁਐਸਚਨ ਆ, ਇਹਨੂੰ ਜਿਹੜਾ ਫੋਲਣਾ ਚਾਹੀਦਾ ਆ। ਸੋ ਇਹਦੇ ਵਿੱਚ ਜਿਹੜੀ ਇਹ ਪ੍ਰਵਿਰਤੀ ਚੱਲੀ ਇਹ ਕਿਉਂ ਚੱਲੀ,
ਇਹਦੇ ਕੁਝ ਕਾਰਨ ਤੇ ਮੈਂ ਦੱਸ ਚੁੱਕਾ, ਕੁਝ ਇਹਦੇ ਤੇ ਜਿਹੜੇ ਹਿਸਟਰੀ ਦੇ ਪ੍ਰੈਸ਼ਰ ਹੋਣ ਕਰਕੇ ਜਿਹੜੇ ਕੰਪੈਰੇਟਿਵ ਰਿਲੀਜੀਅਨ ਦੇ ਤੇ ਜਿਹੜੀ ਸਾਡੀ ਫਿਊਡਲਾਈਜੇਸ਼ਨ ਹੋਈ ਆ ਸਿੱਖ ਹਿਸਟਰੀ ਦੀ, ਉਹਦੇ ਵਿੱਚੋਂ ਜਿਹੜੀ ਰਿਫੋਰਮਿਸਟ ਮੂਵਮੈਂਟ ਚੱਲੀ, ਰਿਫੋਰਮਿਸਟ ਮੂਵਮੈਂਟ ਦੇ ਇੰਸਟੀਟਿਊਸ਼ਨਸ ਨੂੰ ਦੁਬਾਰਾ ਉਸੇ ਜਿਹੜੀ ਹਾਈਜੈਕਿੰਗ ਹੋਈ ਸਿੱਖੀ ਦੀ ਮਿਸਲ ਪੀਰੀਅਡ ਤੋਂ ਬਾਅਦ, ਉਸੇ ਹੀ ਮਾਨਸਿਕਤਾ ਨੇ ਇਹਨਾਂ ਇੰਸਟੀਟਿਊਸ਼ਨ ਨੂੰ ਦੁਬਾਰਾ ਹਾਈਜੈਕ ਕਰ ਲਿਆ। ਸੋ ਇਸ ਹਾਈਜੈਕ ਇਹਨਾਂ ਇੰਸਟੀਟਿਊਸ਼ਨ ਦੇ ਇਹਨਾਂ ਇੰਟਰਪ੍ਰੀਟੇਸ਼ਨ ਦੇ ਜਿਹੜੇ ਹਾਈਜੈਕਿੰਗ ਹੋਣ ਨਾਲ ਇਹਦੇ ਵਿੱਚ ਦੋ ਸਕੂਲਸ ਬਣ ਗਏ ਜਾਂ ਤਿੰਨ ਬਣ ਗਏ, ਦੋ ਬਣ ਗਏ ਫਿਰ ਅੱਗੋਂ ਇੱਕ ਦੇ ਫਿਰ ਦੋ ਬਣ ਗਏ। ਸੋ ਉਹ ਜਿਹੜੇ ਬਣ ਗਏ, ਇੱਕ ਤਾਂ ਬਣ ਗਿਆ ਕਿ ਅਸੀਂ ਇਹਨਾਂ ਇੰਸਟੀਟਿਊਸ਼ਨ ਨਾਲ ਸਿੱਖ ਕਮਿਊਨਿਟੀ ਦੀ ਜਿਹੜੀ ਵੀ ਵਿਆਖਿਆ ਹੋਈ ਆ ਤੇ ਅਸੀਂ ਜਿਹੜੀ ਵੀ ਸਿਧਾਂਤਕਾਰੀ ਚ ਉਹਨੂੰ ਬੰਨ ਲਿਆ, ਉਹਨੂੰ ਅਸੀਂ ਜਿਹੜਾ ਨੈਸ਼ਨਲ ਪਰਸਪੈਕਟਿਵ ਆ ਉਹਦੇ ਅਨੁਕੂਲ ਕਰਕੇ ਚੱਲੀਏ, ਜਿਹੜਾ ਕਿ ਵਿਸ਼ਵ ਦੇ ਵਿੱਚ ਕ੍ਰਿਸਚੀਅਨ ਸਟ੍ਰੈਟਜੀ, ਵੈਸਟਰਨ ਕ੍ਰਿਸਚੀਅਨਿਟੀ ਦੀ ਸਟ੍ਰੈਟਜੀ ਦੇ ਵਿੱਚੋਂ ਵਾਈਟ ਰੇਸ ਨੇ ਜਿਹੜੀ ਸੈਕੂਲਰ ਪੋਲੀਟਿਕਸ ਬਣਾਈ ਕ੍ਰਿਸਚੀਅਨਿਟੀ ਨੂੰ ਸੇਵ ਕਰਨ ਲਈ, ਤੇ ਉਹਦੇ ਉਹਦੇ ਮਾਡਲਸ ਦੇ ਅਧੀਨ ਨੈਸ਼ਨਲ ਸਟਰਕਚਰ ਦੇ ਰਾਹੀਂ ਜਾਈਏ। ਹਾਲਾਂਕਿ ਇਹਨੂੰ ਵੀ ਇਹ ਪੂਰਾ ਸਿਧਾਂਤਕ ਤੌਰ ਤੇ ਰਿਲਾਈਜ਼ ਨਹੀਂ ਕਰਦੇ, ਮੌਕਾ ਪ੍ਰਸਤੀਆਂ ਕਰਦੇ ਆ। ਇਸ ਕਰਕੇ ਕੋਈ ਵੀ ਸਿੱਖ ਸਾਡੀ ਤੁਹਾਡੀ ਜਿਹੜੀ ਸਾਡੀ ਪ੍ਰੈਕਟਿਸ ਆ ਉਹਦੇ ਚ ਕੋਈ ਵੀ ਟਰੁੱਥ ਜਿਹੜਾ ਆ ਉਹ ਬੜਾ ਸਿਸਟਮੈਟਿਕ ਢੰਗ ਨਾਲ ਸਕੂਲ ਨਹੀਂ ਬਣਦਾ। ਅਸੀਂ ਵਰਤੋਂ ਦੀਆਂ ਲੋੜਾਂ, ਥੋੜੀਆਂ ਬਛਖਰੀਆਂ, ਥੋੜੀਆਂ ਨਿੰਦਿਆ ਚੁਗਲੀ ਦੀਆਂ ਪ੍ਰਵਿਰਤੀਆਂ, ਥੋੜੀਆਂ ਇੱਕ ਮਡੀਵੀਅਲ ਜੀ ਅਣਖ, ਮੈਂ ਜਿੱਤ ਲਾਂਗਾ, ਮੈਂ ਇੰਜ ਕਰ ਦਾਂਗਾ, ਥੋੜਾ ਜਿਹਾ ਹਥਿਆਰ ਦੇ ਉੱਤੇ ਵੀ ਇੱਕ ਰੱਖਦੇ ਆ, ਕਿਤੇ ਨਾ ਕਿਤੇ ਧੁਰ ਅੰਦਰ ਜਿਹੜੀ ਸਾਡੀ ਪ੍ਰੈਕਟਿਸ ਆ ਉਹਦੇ ਵਿੱਚ ਇਹ ਪਿਆ ਹੁੰਦਾ ਕਿ ਮੈਂ ਅਦਰ ਨੂੰ ਕਿਲ ਕਰ ਸਕਦਾ, ਇਸ ਕਰਕੇ ਮੇਰਾ ਸੱਚ ਸੱਚ ਹੈ, ਮੈਂ ਜੋ ਵੀ ਬੋਲਦਾ ਇਹਨੂੰ ਕੁਐਸਚਨ ਨਾ ਕੀਤਾ ਜਾਏ। ਸੋ ਇਸ ਤਰ੍ਹਾਂ ਦੇ ਗਰੁੱਪਬਾਜ਼ੀਆਂ ਬਣਦੀਆਂ, ਸੋ ਮੇਰਾ ਖਿਆਲ ਹੈ ਵੀ ਉਹਦੇ ਵਿੱਚ ਵੀ ਪ੍ਰੋਬਲਮਸ ਆ। ਇਸ ਕਰਕੇ ਸਾਨੂੰ ਇਹ ਸਾਰਾ ਚਿੰਤਨ ਹੰਘਾਲਣਾ ਚਾਹੀਦਾ, ਪ੍ਰੈਕਟਿਸ ਵੀ ਹੰਘਾਲਣੀ ਚਾਹੀਦੀ। ਸੋ ਜਿਹੜਾ ਮਤਲਬ ਕਿ ਜਿਹੜੀ ਉਹ ਮਤਲਬ ਕਿ ਜਿਹੜੇ ਸਿੱਖ ਜਿਹੜੇ ਇੰਸਟੀਟਿਊਸ਼ਨ ਰਿਫੋਰਮਿਸਟ ਇੰਸਟੀਟਿਊਸ਼ਨ ਜਦੋਂ ਹਾਈਜੈਕ ਹੋਏ ਉਹਦੇ ਵਿੱਚੋਂ ਇੱਕ ਸਕੂਲ ਜਿਹੜਾ ਬਣ ਗਿਆ ਕਿ ਅਸੀਂ ਥੋੜੇ ਲਿਬਰਲ ਹੋ ਕੇ ਜਿਹੜਾ ਨੈਸ਼ਨਲ ਸਟਰਕਚਰ ਜੋ ਵੀ ਬਣਦਾ ਉਹਦੇ ਨਾਲ ਜੁੜੀਏ। ਪਹਿਲਾਂ ਥੋੜਾ ਸੈਕੂਲਰ ਲਿਬਰਲ ਸੀਗਾ, ਹੁਣ ਜਿਹੜਾ ਉਹਦਾ ਉਲਾਰ ਆ। ਇਹ ਪੁਆਇੰਟ ਮੈਂ ਇੱਥੇ ਟਾਈਮ ਨਹੀਂ ਹੈ ਜੇ ਇਹਨੂੰ ਅਨੈਲਿਸਿਸ ਕਰਾਂ, ਤੇ ਕਾਫੀ ਇੰਪੋਰਟੈਂਟ ਪੁਆਇੰਟ ਆ ਤੇ ਇਸ ਵੇਲੇ ਅਨੈਲਿਸਿਸ ਦੀ ਮੰਗ ਕਰਦਾ ਆ। ਉਹ ਇਹ ਪੁਆਇੰਟ ਆ ਕਿ ਜਿਹੜਾ ਕਲਚਰਲ ਨੈਸ਼ਨਲਿਜ਼ਮ ਪੈਦਾ ਕਰ ਰਿਹਾ ਗਿਆ ਹੁਣ, ਉਹ ਕਲਚਰਲ ਨੈਸ਼ਨਲਿਜ਼ਮ ਦੀ ਪੋਲਿਟਿਕਸ ਕੀ ਆ, ਤੇ ਇਹ ਕ੍ਰਿਸਚੀਅਨ ਵਾਈਟ ਰੇਸ ਨੇ ਜਿਹੜਾ ਕ੍ਰਿਸਚੈਨਿਟੀ ਦਾ ਸੈਕੂਲਰਿਜ਼ਮ ਬਣਾਇਆ ਉਹਦੇ ਨਾਲ ਇਹਦਾ ਇਹਦੇ ਰਿਲੇਸ਼ਨਸ ਕੀ ਆ, ਤੇ ਇਹਦੇ ਵਿੱਚ ਲੋਕਲ ਦੀ ਪਾਰਟਿਸਪੇਸ਼ਨ ਨਾਲ ਇੱਕ ਨਵੀਂ ਪੋਲਿਟਿਕਸ ਕੀ ਆ। ਸੋ ਇੰਜ ਜਿਹੜਾ ਦੂਜਾ ਇਹਦਾ ਹਿੱਸਾ ਆ ਉਹ ਉਸੇ ਔਰਥੋਡੋਕਸੀ ਨੇ ਜਿਹਨੇ ਸਾਡੀ ਮਿਸਲ ਪੀਰੀਅਡ ਨੂੰ ਹਾਈਜੈਕ ਕੀਤਾ ਸੀਗਾ, ਉਹਦਾ ਦਖਲ ਬਣ ਗਿਆ ਇਸ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ, ਤੇ ਇਹਦੇ ਚ ਦੋ ਤਰ੍ਹਾਂ ਦੀ ਲੜਾਈ ਚੱਲਦੀ ਰਹੀ। ਉਹਦੇ ਵਿੱਚੋਂ ਦੀ ਫਿਰ ਇੱਕ ਜਿਹੜਾ ਆ ਉਹ ਮਿਲੀਟੈਂਟ ਵਰਸ਼ਨ ਨਿਕਲਿਆ, ਜਿਹੜਾ ਕਿ ਸਾਡੇ ਦੁੱਖਾਂ ਦਰਦਾਂ ਦੀ ਕਹਾਣੀ ਨੂੰ ਨਾਲ ਲੈ ਕੇ, ਇਤਿਹਾਸ ਮੁਖੀ ਵਿਆਖਿਆ ਨੂੰ ਨਾਲ ਲੈ ਕੇ ਚੱਲ ਰਿਹਾ। ਪਰ ਉਹਦੇ ਵਿੱਚ ਵੀ ਜਿਹੜਾ ਕਲੋਨੀਅਲ ਵਿਆਖਿਆ ਦੇ ਪੈਟਰਨ ਜਿਹੜੇ ਉਹ ਪਏ ਹੋਏ ਆ। ਉਹਦੀ ਪੋਲਿਟਿਕਸ ਇਹ ਹੈ ਕਿ ਅਸੀਂ ਉਹਦੇ ਚ ਕਦੀ ਕਦਾਈ ਆਪਣੀ ਲੋਕਲ ਪੋਲਿਟਿਕਸ ਨੂੰ ਬਣਾਉਣ ਲਈ, ਅਸੀਂ ਸਿੰਘ ਸਭਾ ਇੰਸਟੀਟਿਊਸ਼ਨ ਨੂੰ ਰਿਜੈਕਟ ਕਰਨ ਲਈ ਤਾਂ ਇਹਨੂੰ ਬਸਤੀਵਾਦੀ ਕਹਿ ਕੇ ਇਹਨੂੰ ਰਿਜੈਕਟ ਕਰ ਦਿੰਦੇ ਇਸ ਵਿਆਖਿਆ ਨੂੰ, ਤੇ ਜਿਹੜੀ ਹਾਈਜੈਕਡ ਆਰਥੋਡੋਕਸੀ ਆ ਉਹਦੀ ਪ੍ਰੈਕਟਿਸ ਨੂੰ ਸੈਂਟਰ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਦੋਂ ਅਸੀਂ ਅਦਰ ਦੀ ਕੰਸਟਰਕਸ਼ਨ ਕਰਦੇ ਹਾਂ ਤਾਂ ਅਦਰ ਨੂੰ ਅਸੀਂ ਖਾਸ ਕਰ ਜਿਵੇਂ ਹਿੰਦੂਤਵ ਦੀ ਕਰਦੇ ਹਾਂ ਤਾਂ ਉਹ ਹਿੰਦੂਤਵ ਵਾਲਾ ਹਿੰਦੂ ਜਿਹੜਾ ਜਿਹੜਾ ਕਿ ਕਲੋਨੀਅਲ ਕੰਸਟਰਕਸ਼ਨ ਆ ਉਹਨੂੰ ਅਸੀਂ ਸੈਂਟਰ 'ਚ ਲਿਆਉਂਦੇ ਹਾਂ, ਜਿਹੜਾ ਡਿਵਾਈਨ ਰੈਲਮ ਦੇ ਨਾਲ ਕਨੈਕਟਡ ਭਗਤੀ ਭਾਵਨਾ ਦੇ ਨਾਲ ਸੁੱਚੇ ਗਿਆਨ ਨਾਲ ਜੁੜਿਆ ਹੋਇਆ ਜਿਹੜਾ ਹਿੰਦੂਤਵ ਨਹੀਂ ਉਹਨੂੰ ਕਹਿਣਾ ਚਾਹੀਦਾ, ਜਿਹੜਾ ਜਿਹੜੀਆਂ ਟ੍ਰੈਡੀਸ਼ਨਸ ਹਨ ਹਿੰਦੂ ਧਰਮ ਦੀਆਂ ਉਹਦੇ ਭਗਤੀ ਭਾਵ ਨਾਲ ਸਾਡਾ ਡਾਇਲੋਗ ਨਹੀਂ ਹੁੰਦਾ, ਅਸੀਂ ਉਹਦੀ ਅਦਰ ਦੀ ਕੰਸਟਰਕਸ਼ਨ ਨੈਗੇਟਿਵਲੀ ਕਰਦੇ ਹਾਂ। ਉਹ ਵੀ ਕਰਨੀ ਚਾਹੀਦੀ ਹੈ ਕਿਉਂਕਿ ਹਿਸਟਰੀ ਦੀ ਟੈਂਸ਼ਨ ਆ, ਪਰ ਜਦੋਂ ਸਿਧਾਂਤਕਾਰੀ ਕਰਨੀ ਆ ਉਹਦੇ 'ਚ ਸਾਨੂੰ ਆਪਣੀ ਯੂਨੀਵਰਸੈਲਿਟੀ ਅਤੇ ਲੋਕਲ
ਜਿਹੜੀਆਂ ਲੋਕਲ ਆਸਪੈਕਟ ਆ ਉਹਦੀ ਟਰਾਂਸਪੇਰੈਂਸੀ ਬਣਾਉਣੀ ਪਏਗੀ, ਤੇ ਉਹਦੀ ਇੰਪਲੀਮੈਂਟੇਸ਼ਨ ਵੇਲੇ ਜਿਹੜੀ ਸਟ੍ਰੈਟਜੀ ਬਣਾਉਣੀ ਆ ਜਾਂ ਆਈਡੀਓਲੋਜੀ ਬਣਾਉਣੀ ਆ ਉਹ ਡਿਫਰੈਂਟ ਚੀਜ਼। ਸੋ ਇਸ ਕਰਕੇ ਜਿਹੜਾ ਇਹਦੇ ਚ ਵੱਖਰਤਾ ਦੀ ਇੱਕ ਜਿੱਤ ਦੀ ਭਾਵਨਾ ਪਈ ਹੋਈ ਸੀ, ਜਿਹੜੀ ਉੱਪਰਲੀ ਕੋਸਮੋਲੋਜੀ ਜਿਹੜੀ ਸਾਡੇ ਸਕਾਲਰਸ ਨੇ ਬਣਾਈ ਆ, ਜਿਹਦੇ ਚ ਗੁਰੂ ਤੇਗ ਬਹਾਦਰ ਸਾਹਿਬ ਦੀ ਕੋਸਮੋਲੋਜੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਸੋ ਉਹਦੇ ਚ ਜਿਹੜਾ ਆ ਹਿਸਟਰੀ, ਸੋਸ਼ੋਲੋਜੀ ਤੇ ਉਹਦੇ ਚ ਟਾਈਮ ਸਪੇਸ ਜਿਹੜਾ ਲੀਨੀਅਰ ਬਣ ਗਿਆ। ਸੋ ਹੁਣ ਸਿੱਖ ਹਿਸਟਰੀ ਜਿਹੜੀ ਆ ਉਹ ਲੀਨੀਅਰ ਟਾਈਮ ਸਪੇਸ ਦੇ ਵਿੱਚ ਚੱਲਣ ਰਹੀ ਆ। ਉਹਦੇ ਚ ਜਿਹੜੀਆਂ ਕੰਪੈਰੇਟਿਵ ਰਿਲੀਜਨ ਨੇ ਕਮਿਊਨਿਟੀ ਦੀ ਕੰਸਟਰਕਸ਼ਨ ਕੀਤੀ ਆ ਤੇ ਫੇਥ ਦੀ ਕੰਸਟਰਕਸ਼ਨ ਕੀਤੀ ਆ, ਤੇ ਸਾਡਾ ਧਰਮ ਗ੍ਰੰਥ ਜਿਹੜਾ ਗੁਰੂ ਰੂਪ ਤੋਂ ਧਰਮ ਪੁਸਤਕ ਤੱਕ ਆ ਗਿਆ ਕਿ ਜਿਹੜੇ ਪੰਜਾਬ ਦੇ ਵਿੱਚ ਕਿਸੇ ਵੇਲੇ ਇਕੱਠੇ ਰਹੇ, ਜਿਹਨਾਂ ਦੀ ਸਿੱਖ ਹਿਸਟਰੀ ਸਾਂਝੀ ਆ, ਲੈਂਗੁਏਜ ਸਾਂਝੀ ਆ, ਉਹਨਾਂ ਦੇ 10 ਗੁਰੂ ਵੱਖਰੇ ਹਨ, ਉਹਨਾਂ ਦੀ ਮਰਿਆਦਾ ਵੱਖਰੀ ਹੈ, ਉਹ ਵੱਖਰੀ ਦਾ ਟਾਈਮ ਸਪੇਸ ਨਿਸ਼ਚਿਤ ਕਰਕੇ, ਮਤਲਬ ਕਿ ਇੰਟਰਨਲ ਵੀ ਤੇ ਬਾਹਰੀ ਵੀ ਦੋਵੇਂ ਤਰ੍ਹਾਂ ਦਾ ਟਾਈਮ ਸਪੇਸ ਨਿਸ਼ਚਿਤ ਕੀਤਾ ਗਿਆ। ਉਹਦੇ ਵਿੱਚ ਗੁਰੂ ਦੀ ਯੂਨੀਵਰਸੈਲਿਟੀ ਨੂੰ ਖਤਮ ਕਰਕੇ ਉਹ ਸਾਡੀ ਫੇਥ ਦੀ ਲੋਕਲ ਸਕ੍ਰਿਪਚਰ ਬਣ ਗਈ ਹੈ। ਜਦਕਿ ਗੁਰੂ ਗ੍ਰੰਥ ਸਾਹਿਬ ਸਕ੍ਰਿਪਚਰ ਨਹੀਂ ਹੈ, ਉਹ ਗੁਰੂ ਰੂਪ ਦੇ ਵਿੱਚ ਆ, ਤੇ ਗੁਰੂ ਰੂਪ ਪ੍ਰਾਪਤ ਕਰਨ ਲਈ ਜਿਹੜਾ ਸਾਖੀ ਨਿਯਮ ਹੈ ਤੇ ਸ਼ਬਦ ਆ, ਉਹਨੂੰ ਲੋਕਲ ਦੀ ਟਰਾਂਸਪੇਰੈਂਸੀ ਨੂੰ ਯੂਨੀਵਰਸੈਲਿਟੀ ਨਾਲ ਕਨੈਕਟ ਕਰਨਾ ਹੀ ਪਏਗਾ। ਸੋ ਉਹ ਜਿਹੜੀ ਸਾਡੀ ਯੂਨੀਵਰਸੈਲਿਟੀ ਆ ਉਹ ਵੈਸਟਰਨ ਜਿਹੜੀਆਂ ਅਪਰੋਚਿਸ ਆ ਉਹਦੀ ਫਿਲਸੋਫਿਕ ਯੂਨੀਵਰਸੈਲਿਟੀ ਜਾਂ ਥੋਰੈਟੀਕਲ ਜਿਹੜੀ ਕ੍ਰਿਟੀਕਲ ਥਿਊਰੀ ਦੀ ਯੂਨੀਵਰਸੈਲਿਟੀ ਬਣ ਰਹੀ ਆ, ਜਿਹਦੇ 'ਚ ਲੋਕਲ ਨੂੰ ਥਾਂ ਦਿੱਤਾ ਜਾ ਰਿਹਾ ਭਾਵੇਂ, ਪਰ ਫਿਰ ਵੀ ਉਹਦੇ ਪਿੱਛੇ ਕਿਤੇ ਨਾ ਕਿਤੇ ਉਹ ਜਿਹੜਾ ਕਲੋਨੀਅਲ ਪੈਟਰਨ ਜਿਹੜਾ ਉਹ ਖਤਮ ਨਹੀਂ ਹੋਇਆ ਜੇ ਉਹ ਡਾਇਲੋਗ। ਸੋ ਸਾਡੀ ਅਸੀਂ ਲੋਕਲ ਤੇ ਸਾਡੀ ਸਕ੍ਰਿਪਚਰ ਵੀ ਲੋਕਲ ਤੇ ਉਹਦੇ 'ਚੋਂ ਯੂਨੀਵਰਸਲ ਮੀਨਿੰਗ ਜਿਹੜਾ ਆ ਉਹ ਵੈਸਟਰਨ ਜਿਹੜੀਆਂ ਕੰਸਟਰਕਸ਼ਨ ਆ ਉਹਦੇ ਅਧੀਨ ਜਾ ਰਿਹਾ, ਤੇ ਇੰਡੀਆ ਦੇ ਲੈਵਲ ਦੇ ਉੱਤੇ ਉਹ ਨੈਸ਼ਨਲ ਕੰਸਟਰਕਸ਼ਨ ਦੇ ਥੱਲੇ ਜਾ ਰਿਹਾ, ਤੇ ਜਿਹੜਾ ਨਵਾਂ ਕਲਚਰਲ ਜਿਹੜੀ ਨੈਸ਼ਨਲਿਜ਼ਮ ਪੈਦਾ ਕੀਤਾ ਜਾ ਰਿਹਾ ਇਹ ਇੱਕ ਬਹੁਤ ਵੱਡਾ ਇੱਕ ਇਹਦਾ ਜਿਹੜਾ ਸੈਕੂਲਰ ਲਿਬਰਲ ਜਿਹੜਾ ਡਿਮੈਂਸ਼ਨ ਆ ਉਹਦੇ ਨਾਲ ਲੋਕਲ ਦੀ ਪਾਰਟੀਸਪੇਸ਼ਨ ਜ਼ਿਆਦਾ ਆ, ਪਰ ਇਹਦੇ 'ਚ ਤੱਤ ਜਿਹੜਾ ਆ ਉਹ ਸਾਡੀ ਹਾਈਜੈਕਿੰਗ ਦਾ ਪਿਆ ਹੋਇਆ। ਇੰਝ ਜਿਹੜੀ ਸਿੱਖ ਟ੍ਰੈਡੀਸ਼ਨ ਦੇ ਵਿੱਚ ਵੀ ਜਿਹੜਾ ਦੁਬਾਰਾ ਜਿਹੜੀ ਹਾਈਜੈਕਟ ਜਿਹੜੀ ਸੀਗੀ ਪੋਜੀਸ਼ਨ ਵਾਲੀਆਂ ਔਰਥੋਡੋਕਸੀਜ਼ ਉਹ ਸੈਂਟਰ 'ਚ ਆ ਰਹੀਆਂ, ਰਿਫੋਰਮਿਸਟ ਜਿਹੜੇ ਪਿੱਛੇ ਜਾ ਰਹੇ ਆ। ਸੋ ਇਸ ਕਰਕੇ ਇਹ ਵਰਸਿਸ ਨਹੀਂ ਚੱਲ ਸਕਦਾ, ਜਿਵੇਂ ਸਾਰੇ ਸਿੱਖ ਪੰਥ ਇਹਦੇ ਵਿੱਚ ਵੱਡਿਆ ਹੋਇਆ, ਜਿਹੜੀ ਬਸਤੀਵਾਦੀ ਚਿੰਤਨ 'ਚੋਂ ਨਿਰਧਾਰਿਤ ਹੋਈ ਜਿਹੜੀ ਵਿਆਖਿਆ ਤੇ ਜਿਹੜੀ ਹਾਈਜੈਕਡ ਔਰਥੋਡੋਕਸੀ ਦੇ ਸਕੂਲਸ ਤੇ ਉਹਨਾਂ ਦੀ ਪੋਲੀਟੀਕਲ ਪੋਜੀਸ਼ਨ ਤੇ ਸੋਸ਼ੋਲੋਜੀ, ਇਹ ਦੋ ਧਿਰਾਂ ਕੁਝ ਇੱਕ ਦੂਜੇ ਨਾਲ ਟਕਰਾ ਰਹੀਆਂ ਹਨ, ਮੇਰੇ ਖਿਆਲ ਇਹ ਦੋਵੇਂ ਵਾਜਬ ਨਹੀਂ ਹਨ, ਇਹ ਸੀਮਿਤ ਹਨ। ਸੋ ਇਹਨਾਂ ਦਾ ਨਬੇੜਾ ਜਿਹੜਾ ਆ ਉਹ ਉਸ ਕੋਸਮੋਲੋਜੀ 'ਚ ਹੋਏਗਾ ਜਿਹ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਇਨਸਾਈਟ ਜਿਹੜੀ ਆ ਉਹ ਸੱਚੇ ਤੇਰੇ ਖੰਡ ਦੇ ਬ੍ਰਹਿਮੰਡ ਦੇ ਨਾਲ ਜੁੜੀ ਹੋਈ ਕੋਸਮੋਲੋਜੀ ਇੰਟਰਪ੍ਰੈਟ ਹੋਏਗੀ। ਇਹਦੇ ਵਿੱਚ ਜਿਹੜੀ ਹੋਰ ਅਗਲੀਆਂ ਜਿਹੜੀਆਂ ਗੱਲਾਂ ਆ ਉਹ ਸਮਝਣ ਵਾਲੀਆਂ ਇਹ ਹੈ ਕਿ ਇਹਦੇ ਵਿੱਚ ਜਿਵੇਂ ਸੁਖਵਿੰਦਰ ਨੇ ਮੈਂਸ਼ਨ ਕੀਤਾ ਕਿ ਲੋਕਲ ਜਿਹੜਾ ਆ ਜਦੋਂ ਨੈਸ਼ਨਲਿਸਟਿਕ ਯੂਨੀਵਰਸਲ ਦੇ ਸਾਹਮਣੇ ਆਉਂਦਾ ਜਾਂ ਬਸਤੀਵਾਦ ਦਾ ਜਿਹੜਾ ਵਿਸ਼ਵ ਦਾ ਜਿਹੜਾ ਯੂਨੀਵਰਸਲ ਆ, ਵਿਸ਼ਵ ਦੀ ਸਿਧਾਂਤਕਾਰੀ ਦਾ ਜਿਹੜਾ ਯੂਨੀਵਰਸਲ ਆ ਉਹਨੂੰ ਯੂਨੀਵਰਸਲ ਬਣਾ ਕੇ ਉਹਦੇ ਨਾਲ ਟਕਰਾਉਂਦਾ ਤੇ ਆਪਣੇ ਆਪ ਨੂੰ ਲੋਕਲ ਬਣਾ ਕੇ ਜਸਟੀਫਾਈ ਕਰਦਾ, ਪਰ ਜਦੋਂ ਇਹ ਲੋਕਲ ਆਪਣੇ ਵਿਦ ਇਨ ਲੋਕਲ ਆ ਉਹਦੀ ਗੱਲ ਇਹ ਕਰਦਾ ਹੀ ਨੀਗਾ, ਉਹਦੇ ਨਾਲ ਇਹ ਪਲੇ ਕਰਦਾ ਇਹ ਲੋਕਲ ਜਿਹੜਾ ਆ। ਸੋ ਇਸ ਕਰਕੇ ਲੋਕਲ ਦੀ ਕੰਸਟਰਕਸ਼ਨ ਟਰਾਂਸਪੇਰੈਂਟ ਨਹੀਂ ਹੈ ਸਿੱਖੀ ਦੇ ਵਿੱਚ, ਤੇ ਇਹ ਇਸ ਵਿਆਖਿਆ ਦਾ ਰੋਲ ਆ ਜਿਹੜੀ ਉੱਪਰ ਵਿਆਖਿਆ ਕੀਤੀ ਗਈ, ਜਿਹੜੀ ਕੋਸਮੋਲੋਜੀ ਦੀ ਕੰਸਟਰਕਸ਼ਨ ਕੀਤੀ ਗਈ, ਕਿਉਂਕਿ ਉਹ ਡਰ ਚੋਂ ਕੀਤੀ ਗਈ, ਉਹਦੇ ਡਰ ਦੇ ਕਾਰਨ ਵੀ ਹਨ ਪਰ ਉਹ ਸਥਾਨਕ ਕਾਰਨ ਹੈ, ਉਹ ਸਾਡੀ ਸ਼ਬਦ ਸੁਰਤ ਦੇ ਕੌਸਮਿਕ ਫਲਾਅ ਦੀ ਜਰਨੀ ਵਿੱਚ ਜਿਹੜਾ ਮੈਂ ਪਸਾਰ ਹਾਸਲ ਕਰਨਾ ਗੁਰਬਾਣੀ ਤੋਂ ਉਹ ਉਹਦੇ ਵਿੱਚ ਮਦਦਗਾਰ ਨਹੀਂ ਹੈ, ਉਹ ਮੇਰੀਆਂ ਲੋਕਲ ਟੈਨਸ਼ਨ। ਇਸ ਕਰਕੇ ਲੋਕਲ ਦੇ ਵਿਦ ਇਨ ਲੋਕਲ ਦੀ ਪੋਲੀਟਿਕਸ ਜਾਂ ਲੋਕਲ ਦੀ
ਜਿਵੇਂ ਕਲਕੱਤੇ ਦੀ ਸੰਗਤ ਆ, ਬੰਗਾਲ ਦੀ ਸੰਗਤ ਅਸੀਂ ਭੁੱਲ ਹੀ ਗਏ ਪੰਥ ਦੇ ਵਿੱਚ, ਉਹਦਾ ਇਤਿਹਾਸ ਨਹੀਂ ਲਿਖਿਆ ਗਿਆ। ਸਿੱਖ ਇਤਿਹਾਸ ਜਿਹੜੇ ਲਿਖੇ ਜਾਂਦੇ ਉਹ 'ਚ ਬੰਗਾਲ ਦੀ ਸੰਗਤ ਲਿਖੀ ਨਹੀਂ ਜਾਂਦੀ। ਉਹਦੇ 'ਚ ਹੌਲੀ ਹੌਲੀ ਤੁਸੀਂ ਦੇਖੋ ਇਤਿਹਾਸ ਦੇ ਵਿੱਚ ਗੁਰੂ ਪੀਰੀਅਡ ਛੋਟਾ ਹੁੰਦਾ ਜਾਂਦਾ ਹੈ। ਸੋ ਇਹ ਕਿਹੋ ਜਿਹੀਆਂ ਚੀਜ਼ਾਂ ਅਸੀਂ ਪੈਦਾ ਕਰ ਰਹੇ। ਜਾਂ ਤੁਸੀਂ ਦੇਖੋ ਕਿ ਜਿਹੜੇ ਅਮੈਰੀਕਾ ਕੈਨੇਡਾ ਆ ਉਹਨੂੰ ਪੰਜਾਬ ਮੰਨਿਆ ਜਾਂਦਾ ਜਾਂ ਸਿੱਖ ਮੰਨਿਆ ਜਾਂਦਾ, ਜਿਹੜੇ ਆਪਣੇ ਅਰਬ ਦੇ ਵਿੱਚ ਗਰੀਬ ਵਰਗ ਆ ਉਹਨੂੰ ਪਾਰਟੀਸਪੇਟ ਨਹੀਂ ਕਰਾਇਆ ਜਾਂਦਾ। ਸੋ ਇਹ ਇਹ ਸਾਰੀਆਂ ਕੋਸਮੋਲੋਜੀ ਦੀਆਂ ਪ੍ਰੋਬਲਮਸ ਹਨ। ਮੇਰਾ ਬਸ ਆਖਰੀ ਪੁਆਇੰਟ ਜਾਂ ਇੱਕ ਦੋ ਪੁਆਇੰਟ ਰਹਿ ਗਏ ਆ। ਹੁਣ ਇਹਦੇ 'ਚ ਮੈਂ ਗੱਲ ਜਿਹੜੀ ਕਹਿਣੀ ਚਾਹੁੰਦਾ ਕਿ ਜੇ ਇਹ ਕੋਸਮੋਲੋਜੀ ਬਣੂਗੀ ਫਿਰ ਕੀ ਹੋਏਗਾ? ਫਿਰ ਸਿੱਖ ਸ਼ਬਦ ਸੁਰਤ ਦੀ ਜਰਨੀ ਦੀ ਜਿਹੜੀ ਆਕਾਸ਼ ਵੱਲ ਗਤੀ ਹੈ, ਉਹਦੇ ਪੰਜ ਖੰਡਾਂ ਦਾ ਜਿਹੜਾ ਮੁਕਾਮ ਹੈ ਉਹਦਾ ਅਨੁਭਵ ਪੈਦਾ ਹੋਏਗਾ। ਸੋ ਹੁਣ ਜਿਹੜਾ ਆ ਸਿਰਫ ਇੱਕ ਛੋਟਾ ਜਿਹਾ ਟਾਈਮ ਸਪੇਸ ਜਿਹੜਾ ਆ ਤੇ ਉਹਦੀ ਲੀਨੀਅਰ ਜਿਹੜੀ ਹਾਲਤ ਆ, ਲਕੀਰੀ ਹਾਲਤ ਆ ਟਾਈਮ ਦੀ, ਉਹ ਸਾਡੀ ਸਾਰੀ ਬਾਡੀ ਨੂੰ, ਸਾਡੀ ਕ੍ਰੀਏਟਿਵਿਟੀ ਨੂੰ, ਮੇਰੀ ਇਮੈਜੀਨੇਸ਼ਨ ਨੂੰ, ਮੇਰੇ ਮਾਨਸਿਕਤਾ ਨੂੰ ਤੇ ਮੇਰੀ ਰੈਸ਼ਨੈਲਿਟੀ ਨੂੰ ਤੇ ਮੇਰੀ ਆਤਮਕ ਜਰਨੀ ਨੂੰ ਸਥਾਨਕਤਾ 'ਚ ਇੰਟਰਪ੍ਰੈਟ ਕਰੀ ਜਾਂਦੀ ਆ। ਇਸ ਕਰਕੇ ਸਿੱਖ ਵਿਸ਼ਵ ਦੇ ਡਾਇਲੋਗ ਦੇ ਵਿੱਚ ਆਪਣੀ ਲਿਆਕਤ ਨਹੀਂ ਲਿਜਾ ਸਕੇ। ਸਿੱਖ ਸੋਸਾਇਟੀ ਦੇ ਵਿੱਚ ਇੰਨਾ ਗੁਣ ਹੈ, ਇੰਨਾ ਪਸਾਰ ਪਿਆ ਹੋਇਆ, ਪਰ ਉਹ ਜਾ ਨਹੀਂ ਰਹੀ ਉਸ ਡਾਇਲੋਗ ਦੇ ਵਿੱਚ। ਸੋ ਇਹਦਾ ਮਤਲਬ ਇਹ ਹੋਇਆ ਕਿ ਟਰੁੱਥ ਦੀ ਕੰਸਟਰਕਸ਼ਨ ਦੇ ਵਿੱਚ ਜਦੋਂ ਕੋਸਮੋਲੋਜੀ ਦਾ ਬੈਲੈਂਸ ਹੋਏਗਾ ਤਾਂ ਮੇਰੀ ਬਾਡੀ, ਮੇਰਾ ਮਨ, ਮੇਰੀ ਕਲਪਨਾ ਸ਼ਕਤੀ, ਮੇਰੀ ਬੁੱਧੀ ਤੇ ਮੇਰੀ ਆਤਮਾ ਦੇ ਪੰਜੇ ਪਸਾਰ ਬ੍ਰਹਿਮੰਡੀ ਪੱਧਰ ਤੇ ਫੈਲਣਗੇ ਤੇ ਲੋਕਲ ਦੇ ਨਿਆਂਸ਼ੀਲ ਹੋਣਗੇ। ਸੋ ਇਹ ਸਾਰਾ ਨਿਆਂ ਉਹਦੇ ਵਿੱਚੋਂ ਪੈਦਾ ਹੋਗਾ ਤੇ ਇਹਦੇ ਨਾਲ ਜਿਹੜੀ ਕੰਸੈਪਸ਼ਨ ਜਿਹੜੀ ਮਟੀਰੀਐਲਿਟੀ ਦੀ ਬਣਦੀ ਆ, ਡੈਥ ਨੂੰ ਸ਼ਾਮਿਲ ਕਰਾ ਕੇ, ਨਾਸ਼ਵਾਨਤਾ ਨੂੰ ਸ਼ਾਮਿਲ ਕਰਾ ਕੇ ਜਿਹੜੀ ਮਟੀਰੀਐਲਿਟੀ ਦੀ ਕੰਸੈਪਸ਼ਨ ਆ ਉਹ ਕੈਪੀਟਲਿਸਟਿਕ ਮਟੀਰੀਐਲਿਟੀ ਤੋਂ ਵੱਖਰੀ ਬਣਦੀ ਆ। ਸੋ ਇਸ ਵੇਲੇ ਸਿੱਖ ਜਿਹੜੇ ਆ ਉਹ ਜ਼ਿਆਦਾ ਕੈਪੀਟਲਿਸਟਿਕ ਮਟੀਰੀਐਲਿਟੀ ਦੀ ਅਟਰੈਕਸ਼ਨ ਦੇ ਵਿੱਚ ਆ ਤੇ ਸਿੱਖਾਂ 'ਚ ਮਟੀਰੀਅਲਿਜ਼ਮ ਬਹੁਤ ਜ਼ਿਆਦਾ ਫੈਲ ਰਿਹਾ ਉਹਦੀ ਅਟਰੈਕਸ਼ਨ। ਸੋ ਉਹ ਸੋਸ਼ੋ ਕਲਚਰਲ ਟੈਨਸ਼ਨ ਦੇ ਨਾਰਿਆਂ ਨੂੰ ਸਿੱਖੀ ਮੰਨਦੇ ਹਨ ਪਰ ਜੀਵਨ ਦੀ ਅਟਰੈਕਸ਼ਨ ਜਿਹੜੀ ਆ ਕੈਪੀਟਲਿਸਟਿਕ ਮਟੀਰੀਅਲਿਜ਼ਮ ਦੇ ਵਿੱਚੋਂ ਲੈਂਦੇ ਹਨ ਕਿਉਂਕਿ ਉਹਨਾਂ ਦੀ ਕੋਸਮੋਲੋਜੀ ਦੇ ਵਿੱਚੋਂ ਨਿਕਲੀ ਮੈਟਰ ਦੀ ਡੈਫੀਨੇਸ਼ਨ ਹੀ ਉਹਨਾਂ ਕੋਲ ਨਹੀਂ ਹੈ। ਸੋ ਜਦੋਂ ਡੈਥ ਮੈਟਰ ਦੀ ਡੈਥ ਦੇ ਵਿੱਚ ਸ਼ਾਮਿਲ ਕਰਾਇਆ ਜਾਏਗਾ ਤਾਂ ਮੈਟਰ ਨਾਮ ਪਦਾਰਥ ਦੇ ਵਿੱਚ ਜੀ ਉੱਠੇਗਾ। ਸੋ ਨਾਮ ਪਦਾਰਥ ਦੇ ਵਿੱਚੋਂ ਸਭਿਅਤਾ ਦੀ ਅਟਰੈਕਸ਼ਨ ਕੀ ਡਿਮੈਂਸ਼ਨ ਕੀ ਬਣਦੀ ਆ, ਉਹਦੇ 'ਚੋਂ ਆਰਥਿਕਤਾ ਕੀ ਬਣਦੀ ਆ, ਸੋਸ਼ਲ ਸੰਬੰਧ ਕੀ ਬਣਦੇ ਆ, ਸੋਸ਼ਲ ਇੰਸਟੀਟਿਊਸ਼ਨ ਕੀ ਬਣਦੇ ਆ, ਪ੍ਰੋਡਕਸ਼ਨ ਕੀ ਬਣਦੀ ਆ, ਇਹ ਡਾਇਲੋਗ ਜਿਹੜਾ ਅਸੀਂ ਪੈਦਾ ਕਰ ਸਕਾਂਗੇ ਜੇ ਇਸ ਡਿਮੈਂਸ਼ਨ ਨੂੰ ਸ਼ਾਮਿਲ ਕਰਾਂਗੇ। ਤੇ ਤੀਜਾ ਜਿਹੜਾ ਆ ਇੱਕ ਜਿਹੜੀ ਗੁਰਮੁਖ ਦੀ ਅਨੁਭਵੀ ਦੁਪੱਖਤਾ ਆ ਕਿ ਗੁਰਮੁਖ ਜਿਹੜਾ ਆ ਜਿਵੇਂ ਬਾਣੀ ਚ ਆਉਂਦਾ ਲੋਗਣ ਸਿਉਂ ਮੇਰਾ ਠਾਠਾ ਬਾਗਾ ਸੰਤਨ ਸਿਉਂ ਵਿਵਹਾਰਾ। ਸੋ ਲੋਅਰ ਰੈਲਮ ਜਿਹੜਾ ਆ ਇਹਦੇ 'ਚ ਡੈਥ ਹੁੰਦੀ ਆ, ਇੱਕ ਦੀ ਕੰਪਲੀਟ ਨਹੀਂ ਹੋ ਸਕਦਾ। ਜਿਵੇਂ ਸ਼ਾਹ ਹੁਸੈਨ ਕਹਿੰਦਾ ਸਭ ਖਲਕਤ ਗਈ ਅਧੂਰੀ। ਅਧੂਰਾਪਣ ਜਿਹੜਾ ਆ ਲੋਅਰ ਡਿਮੈਂਸ਼ਨ ਜਿਹੜੀ ਆ ਇਹ ਮੌਤ ਕਰਕੇ ਇਹਦੇ 'ਚ ਅਧੂਰਾਪਣ ਰਹਿਣਾ ਆ। ਸੋ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਅਧੂਰੇਪਣ ਦੀ ਨਾਸ਼ਮਣਤਾ ਨੂੰ ਜਿਹੜਾ ਹਾਇਰ ਕੋਸਮੋਸ ਆ ਜਿਹਦੇ 'ਚ ਜਗਤ ਸੱਚਾ ਬਣਦਾ ਉਹਦਾ ਪਾਰਟ ਬਣਾ ਕੇ ਦੱਸਤਾ। ਇਹਦਾ ਮਤਲਬ ਡੈਥ ਨੂੰ ਸੱਚੀ ਬਣਾ ਕੇ ਦਿਖਾਤਾ। ਸੋ ਡੈਥ ਤੋਂ ਬਗੈਰ ਆਕਾਰ ਨਹੀਂ ਹੋ ਸਕਦਾ, ਸੀਮਾ ਤੋਂ ਬਗੈਰ, ਹੱਦ ਤੋਂ ਬਗੈਰ ਕੋਈ ਆਕਾਰ ਨਹੀਂ ਹੋ ਸਕਦਾ। ਸੋ ਹੱਦ ਨੂੰ ਨਿਰਹੱਦ ਦੇ ਵਿੱਚ ਸਪੇਸ ਦੇ ਕੇ ਉਹਦੀ ਔਥੈਂਟਿਸਿਟੀ ਬਣਾ ਦੇਣੀ। ਸੋ ਇਹ ਇਹ ਜਿਹੜਾ ਰਾਜ਼ ਆ ਇਸ ਕੋਸਮੋਲੋਜੀ ਦੇ ਵਿੱਚ। ਸੋ ਇਹਦੇ ਨਾਲ ਚੇਤਨਾ ਦਾ ਜਿਹੜਾ ਡਾਇਲੈਕਟ੍ਰਿਕਸ ਆ ਉਹ ਟੁੱਟ ਜਾਂਦਾ ਆ, ਨਹੀਂ ਤੇ ਅਸੀਂ ਡਾਇਲੈਕਟ੍ਰਿਕਸ ਦੇ ਵਿੱਚ ਹੀ ਰਹਾਂਗੇ। ਜਿਵੇਂ ਮਹਿਬੂਬ ਸਾਹਿਬ ਦੀ ਕਿਤਾਬ ਆ ਉਹ ਹੈਗੈਲੀਅਨ ਡਾਇਲੈਕਟ੍ਰਿਕਸ ਦੇ ਵਿੱਚ ਆ ਤੇ ਲੀਨੀਅਰ ਟਾਈਮ ਦੇ ਵਿੱਚ ਸਿੱਖੀ ਨੂੰ ਫਿੱਟ ਕਰਦੀ ਆ ਤੇ ਅਕਾਲ ਫਤਿਹ ਤੇ ਖਾਲਸ ਕੁਦਰਤ ਦਾ ਜਿਹੜਾ ਰਿਲੇਸ਼ਨ ਬਣਾਉਂਦੀ ਆ
ਉਹ ਟਾਈਮ ਦੇ ਆਖਰੀ ਰੈਗੂਲੇਸ਼ਨ ਤੱਕ ਸਿੱਖੀ ਚ ਬਣਾਉਂਦੇ ਆ, ਪਰ ਲੀਨੀਅਰ ਟਾਈਮ ਸਿੱਖੀ ਦੇ ਅੱਗੇ ਖਤਮ ਨਹੀਂ ਹੋ ਜਾਂਦਾ ਮਹਿਬੂਬ ਸਾਹਿਬ ਦੀ ਰਾਈਟਿੰਗ ਚ। ਤੇ ਉਹਦੇ ਉੱਤੇ ਜਿਹੜੀ ਸ਼ਹੀਦੀ ਅਰਦਾਸ ਕਿਤਾਬ ਆ ਜਾਂ ਆਪਣੇ ਮਹਾਂਕਾਵ ਆ, ਉਹਦੇ ਰਾਹੀਂ ਉਹ ਭਾਰ ਵੀ ਪਾਉਂਦੇ ਆ ਫਿਰ ਸਿੱਖ ਗੁਰੂ ਸਾਹਿਬ ਦੇ ਉੱਤੇ ਤੇ ਸ਼ਬਦ ਦੇ ਉੱਤੇ। ਤੇ ਉਹਦੇ ਵਿੱਚ ਫਿਰ ਮਤਲਬ ਕਿ ਇਸ ਤਰ੍ਹਾਂ ਦੀਆਂ ਡਿਮੈਂਸ਼ਨ ਆਉਂਦੀਆਂ ਕਿ ਇਲਮ ਦੇ ਸਾਦਾ ਅੱਖਰ ਤੋਂ ਵੱਧ ਕੂਕ ਨਾ ਸੱਕੀ ਬਾਣੀ, ਕਿ 47 ਦੀ ਪੇਂਟ ਦੇ ਸਾਹਮਣੇ ਬਾਣੀ ਇਲਮ ਦਾ ਸਾਦਾ ਅੱਖਰ ਬਣ ਗਈ। ਸੋ ਇਹ ਜਿਹੜੀਆਂ ਪ੍ਰੋਬਲਮਸ ਹਨ ਲੀਨੀਅਰ ਟਾਈਮ ਦੀਆਂ, ਤੇ ਉਹ ਤਿੰਨ ਚੀਜ਼ਾਂ ਨੂੰ ਫਿਰ ਇਹਦੇ ਤੇ ਸੁੱਟਦੇ ਆ, ਛਲ, ਕਾਮੁਕਤਾ ਅਤੇ ਜੰਗ ਦਾ ਕਹਿਰ। ਵੀ ਇਹ ਤਿੰਨ ਚੀਜ਼ਾਂ ਜਿਹੜੀਆਂ ਜਦੋਂ ਸਿੱਖ ਅਨੁਭਵ ਤੇ ਸੁੱਟਾਂਗੇ ਤੇ ਸਿੱਖ ਅਨੁਭਵ ਟਾਈਮ ਦੇ ਵਿੱਚ ਸ਼ੈਟਰ ਹੋ ਜਾਏਗਾ, ਸੋ ਅਗਲੀਆਂ ਡਿਮੈਂਸ਼ਨ ਜਿਹੜੀਆਂ ਟਾਈਮ ਦੀਆਂ ਉਹ ਕੰਟੀਨਿਊ ਰਹਿਣਗੀਆਂ ਤੇ ਗੁਰੂ ਦਾ ਬਾਸ ਜ਼ਖਮੀ ਹੋ ਜਾਏਗਾ। ਸੋ ਇਹ ਡਿਮੈਂਸ਼ਨਸ ਨੂੰ ਅਸੀਂ ਲੀਨੀਅਰ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਅਸੀਂ ਡਾਇਲੈਕਟਿਕਸ ਤੋਂ ਬਚ ਨਹੀਂ ਸਕਦੇ ਸਰ। ਇਸ ਤਰ੍ਹਾਂ ਦੀ ਜਿਹੜੀ ਜਿੰਨਾ ਜਿੰਨਾ ਸਾਡਾ ਅਧਿਆਤਮਿਕ ਤੌਰ ਤੇ ਵੀਕ ਹੋਵਾਂਗੇ, ਤਿੰਨੇ ਤਿੰਨੇ ਓਨੀ ਓਨੀ ਲੀਨੀਅਰ ਟਾਈਮ ਦੀ ਟੈਨਸ਼ਨ ਵੱਧ ਹੋਏਗੀ ਤੇ ਸਾਡੀ ਸੈਕਟੇਰੀਅਨ ਜਿਹੜੀ ਪੋਲੀਟਿਕਸ ਆ ਉਹ ਬਣੀ ਜਾਏਗੀ ਤੇ ਅਸੀਂ ਹੌਲੀ ਹੌਲੀ ਗੁਰੂ ਸ਼ਬਦ ਤੋਂ ਵੀ ਬਾਹਰ ਹੁੰਦੇ ਜਾਵਾਂਗੇ। ਸੋ ਜਿਹੜਾ ਡਾਇਲੈਕਟਿਕਸ ਆ, ਜਿਹੜਾ ਤਿੰਨ ਤਹਿ ਰਾਜ ਆ ਚੇਤਨਾ ਦੇ ਚੱਲਣ ਦਾ, ਇਹਨੂੰ ਓਥੈਂਟਿਕ ਡੁਐਲਿਟੀ ਦੇ ਵਿੱਚ, ਇਹਨੂੰ ਦੂਰੀ ਰਮਜ਼ ਦੇ ਵਿੱਚ ਕਿਸ ਤਰ੍ਹਾਂ ਪੇਸ਼ ਕਰਨਾ ਆ, ਇਹ ਸਾਖੀ ਨਿਯਮ ਕਰਦਾ ਹੈ। ਤੇ ਇਹ ਸਾਖੀ ਨਿਯਮ ਨੂੰ ਪੇਸ਼ ਕਰਨ ਦੇ ਵਿੱਚ ਜਿਹੜੀ ਕੋਸਮੋਲੋਜੀ ਚ ਡੈਥ ਦਾ ਐਕਸਪੀਰੀਅੰਸ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਪੇਸ਼ ਕੀਤਾ, ਉਹ ਸੱਚੇ ਤ੍ਰਿਖੰਡ ਸੱਚੇ ਬ੍ਰਹਿਮੰਡ ਦੇ ਵਿਦਨ ਹੈ। ਸੋ ਇਸ ਰਾਜ ਨੂੰ ਹਾਈਲਾਈਟ ਕਰਕੇ ਸਾਨੂੰ ਆਪਣੀ ਕੋਸਮੋਲੋਜੀ ਦਾ ਨਿਰਮਾਣ ਕਰਨਾ ਚਾਹੀਦਾ ਆ। ਸੋ ਮੈਂ ਕਈ ਸ਼ੇਡਸ ਦਿੱਤੀਆਂ, ਉਹਦੇ ਥੀਸਿਸ ਪੂਰੇ ਨਹੀਂ ਦਿੱਤੇ, ਪਰ ਮੇਨ ਥੀਸਿਸ ਮੇਰਾ ਜਿਹੜਾ ਕੋਸਮੋਲੋਜੀ ਤੇ ਹੈ। ਸੋ ਮੈਂ ਚਾਹੁੰਦਾ ਕਿ ਜਿਹੜੇ ਸਿੱਖ ਸਟੂਡੈਂਟਸ ਹਨ, ਰਿਸਰਚਰਸ ਹਨ, ਉਹਨੂੰ ਬੈਲੈਂਸ ਨਾਲ ਪੜ੍ਹਨ, ਕਿਉਂਕਿ ਸ਼ਬਦ ਗੁਰੂ ਸਾਡਾ ਗੁਰੂ ਹੈ, ਅਸੀਂ ਉਹਦੀ ਸਮੁੱਚਤਾ 'ਚ ਉਹਨੂੰ ਧਾਰਨ ਕਰਨਾ ਹੈ। ਇੰਜੀ ਸਾਖੀ ਨਿਯਮ ਨੂੰ ਵੀ ਸਮੁੱਚਤਾ 'ਚ ਧਾਰਨ ਕਰਨਾ ਹੈ। ਆਪਣੇ ਦੁੱਖਾਂ ਨੂੰ ਜਾਂ ਦੁੱਖ ਲੱਗ ਗਏ ਤਾਂ ਤੁਝੇ ਸੰਭਾਲੀ, ਉਹਨੂੰ ਪ੍ਰੇਅਰ ਬਣਾਉਣਾ ਆ, ਉਹਨੂੰ ਹਿਸਟੋਰੀਸਿਟੀ ਦੇ ਉੱਤੇ ਬੈਸਟੋ ਕਰਾਉਣਾ। ਸੋ ਗੁਰਬਾਣੀ ਦੇ ਵਿੱਚ ਲੀਨੀਅਰ ਟਾਈਮ ਜਿਹੜਾ ਉਹ ਬੈਸਟੋਡ ਲੀਨੀਅਰ ਟਾਈਮ ਆ। ਸੋ ਗੁਰੂ ਲੀਨੀਅਰ ਟਾਈਮ ਦੇ ਵਿਦਨ ਨਹੀਂ ਹੈ, ਉਹ ਲੀਨੀਅਰ ਟਾਈਮ ਦੇ ਵਿਦਨ ਉਹਨੂੰ ਬੈਸਟੋ ਕਰ ਰਿਹਾ ਆ, ਉਹਨੂੰ ਆਪਣੇ ਤੇ ਧਾਰਨ ਕਰਕੇ ਉਹਦਾ ਚੋਲਾ ਬਣਾ ਲੈਂਦਾ ਆਪਣਾ। ਸੋ ਇਸ ਤਰ੍ਹਾਂ ਦੀਆਂ ਡਿਮੈਂਸ਼ਨ ਹਨ। ਧੰਨਵਾਦ। ਧੰਨਵਾਦ ਕਰਦਾ ਹਾਂ ਪ੍ਰੋਫੈਸਰ ਜਗਦੀਸ਼ ਸਿੰਘ ਹੁਣਾਂ ਦਾ, ਜਿਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਵੀ ਸਮਾਂ ਕੱਢ ਕੇ ਸਾਡੇ ਪਾਰਟਿਸਪੈਂਟਸ ਨੂੰ ਸੰਬੋਧਨ ਕੀਤਾ ਤੇ ਸਾਡੀ ਬੇਨਤੀ ਨੂੰ ਕਬੂਲ ਕਰਦੇ ਹੋਏ ਇਸ ਵੈਬੀਨਾਰ ਦੇ ਵਿੱਚ ਹਿੱਸਾ ਲੈਣਾ ਮੰਨਿਆ। ਡਾਕਟਰ ਸੁਖਵਿੰਦਰ ਸਿੰਘ ਹੁਣਾਂ ਦਾ ਧੰਨਵਾਦ ਹੈ, ਜਿਹਨਾਂ ਨੇ ਉਹਨਾਂ ਨਾਲ ਗੱਲਬਾਤ ਜਦੋਂ ਹੋਈ ਤਾਂ ਉਹ ਕਹਿ ਰਹੇ ਸੀ ਕਿ ਬੱਚਿਆਂ ਦੀਆਂ ਕਲਾਸਾਂ ਲਗਾਤਾਰ ਆਨਲਾਈਨ ਲੈਣੀਆਂ ਪੈ ਰਹੀਆਂ ਨੇ, ਤਾਂ ਉਸ ਰਜ਼ੇਵੇਂ ਭਰੇ ਸਮੇਂ ਦੇ ਵਿੱਚੋਂ ਵੀ ਸਮਾਂ ਦੇ ਕੇ ਸਾਨੂੰ ਨਿਵਾਜਿਆ। ਬਹੁਤ ਬਹੁਤ ਧੰਨਵਾਦ ਹੈ ਸਾਡੇ ਬੁਲਾਰਿਆਂ ਦਾ, ਤੇ ਧੰਨਵਾਦ ਹੈ ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਉੱਭਾ ਜੀ ਦਾ, ਜਿਹਨਾਂ ਨੇ ਸਾਨੂੰ ਇਹ ਮੰਚ ਮੁਹੱਈਆ ਕਰਵਾਇਆ ਕਿ ਅਸੀਂ ਇਸ ਪੱਧਰ ਦਾ ਵੈਬੀਨਾਰ ਕਰਨ ਦੇ ਵਿੱਚ ਸਫਲ ਹੋਏ। ਇਸ ਦੇ ਨਾਲ ਹੀ ਮੇਰੇ ਕਾਲਜ ਦਾ ਸਮੂਹ ਸਟਾਫ ਇਸ ਵੈਬੀਨਾਰ ਦੇ ਵਿੱਚ ਹਾਜ਼ਰ ਹੈ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਪਾਰਟਿਸਪੈਂਟਸ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਇਸ ਵੈਬੀਨਾਰ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੋ ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।